दिन असीं खुदावंद दे कलाम दे विचों कुछ सीखण आया स्पिरिचुअल मैच्योरिटी दे बारे कि असीं आत्मा दे विच वड्डे हो गए हैं, कि असीं आत्मा दे विच मैच्योर हो गए हैं या अज भी असीं बच्चे ही बने पए हैं। हालेलुया, हालेलुया। वचन दा टाइटल जिहड़ा आ स्पिरिचुअल मैच्योरिटी, आपां नूं लगदा आ कि साडे बच्चे जवान हो गए आ, मैच्योर हो गए आ, हुण इहनां दे विआह शादियां दे बारे सोचिया जावे कि बीबियां सोचदियां इदां, साडे पेरेंट्स सोचदे आ कि मैं सच बोल रहा। मैं कलीसियां दे नाल गल करदा हुंदा क्योंकि सानूं पता लग जांदा आ कि साडे बच्चे जिहड़े आ मैच्योर हो गए आ, उहदे डील डोर तों कई बार ओदियां बुरियां हरकतां तों वी पता लग जांदा कि इह विआह दे काबिल हो गया जां हो गया, इह मैच्योर हो गया जां मैच्योर हो गई। माफ करना पर गल्लां सच्चियां है कि असीं कदी गौर कीता है कि साडा बच्चा या साडा भैण भरा कि उह आत्मा दे विच मैच्योर हो गया है कि नहीं हो गया। बाइबल कहिंदा असीं दुल्हन आ ते साडा दुल्हा यीशु मसीह आ, और उन्हें अपनी दुल्हन को लेने के लिए आना है और वो शिंगारी होनी चाहिए। हालेलुया, हालेलुया। किन्ने समझ पा रहे हैं? समझ आ रहा है? मैं तो मैच्योरिटी के बारे में सिखाने की कोशिश कर रही हूं और मैं बहुत सौखे तरीके से ना समझाना है, जे फिर भी ना समझ लगे तो फिर मैं कुछ नहीं कर सकता। जेड़ा छोटा बच्चा है जेड़ा दूध पींदा या बूंदी दे विच आ, ओ रोटी नहीं खाता, रोटी नहीं खाता क्योंकि ओ दंद नहीं निकले, ओ हले बच्चा है, बचपन दे विच आ। जितना ही बच्चे दी बॉडी दे अंदर रोटी जानी शुरू होंदी ओदी इंद्रियां अभ्यास करना शुरू कर देंदियां हैं संसारक, जब तक वो दूध पींदा तद तक ना वो स्वर्ग दे विच आ, ਉਹਦੀਆਂ ਸੋਚਾਂ ਉਹਦੇ ਖਿਆਲ ਉਹ ਸੰਸਾਰ ਤੋਂ ਹਟਿਆ ਹੋਇਆ ਹੈ। ਜਿੱਦਾਂ ਹੀ ਰੋਟੀ ਕਣਕ ਉਹਦੇ ਬਾਡੀ ਦੇ ਅੰਦਰ ਜਾਂਦੀ ਆ ਉਹਦੀਆਂ ਇੰਦਰੀਆਂ ਅਭਿਆਸ ਕਰਨਾ ਸ਼ੁਰੂ ਕਰ ਦਿੰਦੀਆਂ, ਔਰ ਜਿੱਦਾਂ ਜਿੱਦਾਂ ਉਹ ਵੱਧਦਾ ਆ ਕੱਦ ਕਾਠ ਦੇ ਵਿੱਚ ਬੱਚਾ, ਉਹਨੂੰ ਸੰਸਾਰ ਦੇ ਗਿਆਨ ਦੇ ਬਾਰੇ ਪਤਾ ਲੱਗਦਾ, ਭਲੇ ਬੁਰੇ ਦੇ ਗਿਆਨ ਦੇ ਬਾਰੇ, ਕਿਉਂਕਿ ਜਿਹੜਾ ਬੱਚਾ ਆ ਉਹਨੂੰ ਕੁਝ ਵੀ ਪਤਾ ਨਹੀਂ, ਬੁਰਾ ਕੀ ਹੈ ਭਲਾ ਕੀ ਹੈ, ਇਹ ਮੇਰੇ ਲਈ ਪਾਪ ਆ ਜਾਂ ਗਾਲਾਂ ਕੱਢਣਾ ਮੇਰੇ ਲਈ ਗਲਤ ਜਾਂ ਨਸ਼ਾ ਕਰਨਾ ਗਲਤ ਹੈ, ਇਸ ਬੱਚੇ ਨੂੰ ਕੁਝ ਵੀ ਨਹੀਂ ਪਤਾ। ਪਰ ਜਿਹੜਾ ਵੱਡਾ ਹੋ ਚੁੱਕਾ ਆ, ਸਿਆਣਾ ਬਣ ਬੈਠਾ ਆ, ਉਹਦੀਆਂ ਇੰਦਰੀਆਂ ਇਸ ਗੱਲ ਦੇ ਲਈ ਅਭਿਆਸ ਕਰਨਾ ਸ਼ੁਰੂ ਕਰ ਦਿੰਦੀਆਂ ਆ ਕਿ ਸੰਸਾਰ ਦੇ ਵਿੱਚ ਚੰਗਾ ਮਾੜਾ ਕੀ ਉਹਨੂੰ ਪਤਾ ਲੱਗਣਾ ਸ਼ੁਰੂ ਹੋ ਜਾਂਦਾ। ਔਰ ਮੈਂ ਇਹ ਗੱਲਾਂ ਤੁਹਾਡੇ ਸਾਹਮਣੇ ਰੱਖਣੀਆਂ ਕਿ ਅਸੀਂ ਆਤਮਾ ਦੇ ਵਿੱਚ ਮਚੋਰ ਹੋ ਗਿਆ ਜਾਂ ਅਸੀਂ ਅੱਜ ਵੀ ਬਚਪਨੇ ਦੇ ਵਿੱਚ। ਬਾਈਬਲ ਸਾਨੂੰ ਬਚਪਨੇ ਦੇ ਵਿੱਚ ਰਹਿਣ ਦੇ ਲਈ ਨਹੀਂ ਕਹਿੰਦਾ, ਬਾਈਬਲ ਕਹਿੰਦਾ ਮਚੋਰ ਹੋਵੋ, ਤਰੱਕੀ ਕਰੋ, ਵਧੋ ਅੱਗੇ। ਪਰ ਅਸੀਂ ਬੜੀ ਮੰਦਭਾਗੀ ਗੱਲ ਆ ਕਿ ਹਲੇ ਤੱਕ ਸਾਨੂੰ ਪਵਿੱਤਰ ਆਤਮਾ ਨਹੀਂ ਮਿਲਿਆ। ਬੜੀ ਅਫਸੋਸ ਦੀ ਗੱਲ ਆ ਕਿ ਨਾ ਤਾਂ ਅਸੀਂ ਕੋਸ਼ਿਸ਼ ਕਰਦੇ ਹਾਂ, ਨਾ ਅਸੀਂ ਮਿਹਨਤ ਕਰਦੇ ਹਾਂ, ਬਸ ਇੱਕ ਅਸੀਂ ਟਾਈਮ ਪਾਸ ਕਰਨ ਵਾਲੇ ਕ੍ਰਿਸਚਨ ਬਣ ਬੈਠੇ ਹਾਂ। ਪਰ ਮੇਰਾ ਵਿਸ਼ਵਾਸ ਹੈ ਕਿ ਅੱਜ ਦਾ ਪਵਿੱਤਰ ਵਚਨ ਜਿਹੜਾ ਤੁਹਾਡੇ ਹਿਰਦਿਆਂ ਨੂੰ ਘਾਇਲ ਕਰੇਗਾ, ਸਾਰੀ ਕਲੀਸਿਯਾ ਬੋਲੇ ਆਮੇਨ, ਹਾਲੇਲੂਇਆ, ਹਾਲੇਲੂਇਆ। ਮੈਂ ਕੁਝ 7 ਵਰਸੇ ਤੁਹਾਨੂੰ ਪੜ੍ਹਾਉਣੀ ਆ, ਬੜੇ ਅਦਬ ਦੇ ਨਾਲ ਤੁਸੀਂ ਬੈਠੇ ਰਹਿਣਾ ਆ ਤਾਂ ਜੋ ਮੈਨੂੰ ਸੁਣਾਉਣ ਦੇ ਵਿੱਚ ਔਰ ਤੁਹਾਨੂੰ ਸੁਣਨ ਦੇ ਵਿੱਚ ਕੋਈ ਤਕਲੀਫ ਨਾ ਹੋਵੇ। ਸਪਿਰਚੁਅਲ ਮੈਚੋਰਿਟੀ ਦੇ ਬਾਰੇ ਅੱਜ ਅਸੀਂ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਹੈ। ਮੇਰੇ ਨਾਲ ਓਪਨ ਕਰੀਏ 1 ਕੋਰਿੰਥੀਓ ਦਾ ਪੁਸਤਕ, ਉਹਦਾ 13 ਨੰਬਰ ਅਧਿਆਇ। ਜਦ ਤੱਕ ਬਾਈਬਲ ਦਾ ਗਿਆਨ ਸਾਨੂੰ ਨਹੀਂ ਆ ਤਦ ਤੱਕ ਅਸੀਂ ਬੱਚੇ। ਯਿਸੂ ਮਸੀਹ ਕਹਿੰਦੇ ਅਗਰ ਮੈਂ ਨਾ ਆਉਂਦਾ ਧਰਤੀ ਦੇ ਉੱਪਰ ਤੁਹਾਡੇ ਸੰਬੰਧਾਂ ਨਾ ਕਰਦਾ ਤੇ ਤੁਹਾਡਾ ਗੁਨਾਹ ਨਾ ਹੁੰਦਾ।
ਪਰ ਕਹਿੰਦੇ ਮੈਂ ਆ ਗਿਆ ਤੁਹਾਡੇ ਨਾਲ ਗੱਲਾਂ ਕਰ ਲਈਆਂ ਤੇ ਹੁਣ ਤੁਹਾਡੇ ਲਈ ਗੁਨਾਹ ਜਿਹੜਾ ਆ ਬਰਕਰਾਰ ਆ ਸਾਬਤ ਹੋ ਸਕਦਾ ਆ ਜਦੋਂ ਇੱਕ ਬੰਦੇ ਨੂੰ ਬਾਈਬਲ ਕਹਿੰਦਾ ਅਣਜਾਣਪੁਣੇ ਦੇ ਵਿੱਚ ਕੀਤੇ ਪਾਪ ਦੀ ਮਾਫੀ ਜਾਣ ਬੁੱਝ ਕੇ ਜਿਹੜਾ ਪਾਪ ਹੁੰਦਾ ਨਾ ਉਹਦੇ ਲਈ ਸ਼ਮਾ ਨਹੀਂ ਆ ਫਿਰ ਸਜ਼ਾ ਆ ਉਹਦੇ ਲਈ बावजूद भी असीं गुनाह करदे दा मतलब हले तक असीं बचे हां सानूं हले पता नहीं लगा कि ये चीजां करनियां ते नहीं करनियां एक छोटा बच्चा उसनूं पता नहीं है कि केड़ी चीज उसनूं एक नंगी कार फड़ा दे उसने फड़ लेनी है कि मैं सच बोलना क्योंकि उन्हें पता क्योंकि उन्हें चोर नहीं होया पर तुहानू पता कि तार नूं नंगी तार नूं फड़ना साडे लई नुकसानदायक है और उस तों वध के सानूं आत्मा दे विच सोचण दी जरूरत है कि आ काम करना मेरे लिए ठीक है या ओ काम करना ठीक है या उस पर्सन नूं मिलना ठीक है या इस ਵਸਤੂ ਨੂੰ ਮੇਰੀ ਜ਼ਿੰਦਗੀ ਦੇ ਵਿੱਚ ਆਉਣਾ ਠੀਕ ਹੈ ਜਾਂ ਨਹੀਂ ਠੀਕ ਹੈ ਇਹਨਾਂ ਗੱਲਾਂ ਦਾ ਵੀ ਅਸੀਂ ਧਿਆਨ ਦੇਣਾ ਜਾਂ ਅਗਰ ਅਸੀਂ ਧਿਆਨ ਦੇ ਰਹੇ ਹਾਂ ਤਦ ਅਸੀਂ ਵਿਚੋਰ ਔਰ ਬਾਈਬਲ ਸਾਨੂੰ ਵਿਚੋਰ ਬਣਨ ਦੇ ਲਈ ਕਹਿੰਦਾ ਕਹਿੰਦਾ ਸਿਆਣੇ ਬਣੋ ਰੋਟੀ ਖਾਓ ਦੁੱਧ ਨਾ ਪੀ ਜਾਓ ਕਹਿੰਦੇ ਦੁੱਧ ਬਿਨਾ ਛੱਡ ਦਿਓ ਹੁਣ ਤੱਕ ਤਾਂ ਬਾਈਬਲ ਕਹਿੰਦਾ ਤੁਹਾਨੂੰ ਕੀ ਬਣਨਾ ਚਾਹੀਦਾ ਸੀਗਾ ਜਿਹਨਾਂ ਨੂੰ 2 ਸਾਲ ਹੋ ਗਏ 5 ਸਾਲ ਹੋ ਗਏ ਜਾਂ 4 ਸਾਲ ਹੋ ਗਏ ਚਰਚ ਆਉਂਦਿਆਂ ਨੂੰ ਸੰਗਤੀ ਕਰਦੇ ਆ ਤੇ ਬਾਈਬਲ ਕਹਿੰਦਾ ਹੁਣ ਤੱਕ ਤੁਹਾਨੂੰ ਕੀ ਹੋ ਜਾਣਾ ਚਾਹੀਦਾ ਸੀ ਹਾਂ ਜਿਹੜੇ ਬਾਈਬਲ ਪੜ੍ਹਦੇ ਉਹਨਾਂ ਨੂੰ ਪਤਾ ਹੁੰਦਾ ਕੀ ਹੋ ਜਾਣਾ ਚਾਹੀਦਾ ਸੀ ਉਪਦੇਸ਼ਕ ਬਣ ਜਾਣਾ ਚਾਹੀਦਾ ਸੀਗਾ ਕਹਿੰਦੇ ਹੁਣ ਤੱਕ ਤਾਂ ਕਹਿੰਦੇ ਤੁਹਾਨੂੰ ਪ੍ਰਚਾਰਕ ਬਣ ਜਾਣਾ ਚਾਹੀਦਾ ਸੀ ਪਰ ਆਪਾਂ ਅੱਜ ਵੀ ਸੰਗਤ ਦੇ ਵਿੱਚ ਹੀ ਬੈਠੇ ਹੋਏ ਆ ਪੌਲਸ ਬੜੀ ਕਲਾਸ ਲਗਾਉਂਦਾ ਹੈ ਮੈਂ ਤੁਹਾਡੇ ਸਾਹਮਣੇ ਰੱਖਣੀ ਹੈ ਗੱਲਾਂ ਦੇਖਣਾ ਕਹਿੰਦਾ ਤੁਹਾਡਾ ਤਾਂ ਹਾਲ ਇਦਾਂ ਦਾ ਹੋਇਆ ਆ ਕਿ ਕੋਈ ਬੰਦਾ ਹੁਣ ਤੁਹਾਨੂੰ ਦੁਬਾਰਾ ਤੋਂ ਯਿਸੂ ਮਸੀਹ ਦੇ ਬਾਰੇ ਦੱਸੇ ਕਿ ਯਿਸੂ ਮਸੀਹ ਕੌਣ ਸੀਗਾ ਸਲੀਬ ਦੇ ਉੱਪਰ ਉਹਨੇ ਦੁੱਖ ਸਹਿ ਕਹਿੰਦਾ ਤੁਹਾਡਾ ਹਾਲ ਇਦਾਂ ਦਾ ਹੋ ਗਿਆ ਕਿ ਕੋਈ ਹੁਣ ਯਿਸੂ ਮਸੀਹ ਦੇ ਬਾਰੇ ਤੁਹਾਨੂੰ ਦੱਸੇ ਸ਼ੁਰੂਆਤ ਤੋਂ ਮੁੱਢ ਤੋਂ ਉਹਦੇ ਮੂਲ ਮੰਤਰਾਂ ਦੇ ਬਾਰੇ ਤੁਹਾਨੂੰ ਦੱਸੇ ਕਹਿੰਦਾ ਤੁਹਾਡਾ ਹਾਲ ਇਦਾਂ ਦਾ ਹੋ ਗਿਆ ਜਿਹਨਾਂ ਨੂੰ 5 ਸਾਲ ਹੋ ਗਏ ਜਿਹਨਾਂ ਨੂੰ 2 ਸਾਲ ਹੋ ਗਏ ਜਿਹਨਾਂ ਨੂੰ ਸਾਲ ਹੋ ਗਿਆ ਜਿਹੜੇ ਪਵਿੱਤਰ ਆਤਮਾ ਪਾਏ ਹੋਏ ਆ ਮੈਂ ਉਹਨਾਂ ਦੇ ਨਾਲ ਗੱਲ ਕਰਦਾ ਜਿਹੜੇ ਨਵੇਂ ਆ ਉਹਨਾਂ ਦੇ ਲਈ ਅਗਲੀ ਵਾਰੀ ਚੱਲਾਂ ਦੇਖਦਾ ਖੁਦਾ ਨੇ ਚਿੰਤਾ ਰੱਖਿਆ ਬਾਈਬਲ ਕਹਿੰਦਾ ਹੁਣ ਤੱਕ ਤੁਹਾਨੂੰ ਉਪਦੇਸ਼ਕ ਹੋ ਜਾਣਾ ਚਾਹੀਦਾ ਸੀਗਾ ਪਰ ਅਸੀਂ ਅੱਜ ਵੀ ਉਹੀ ਦੁੱਧ ਪੀਣ ਵਾਲੇ ਬਣੇ ਪਏ ਆ ਬਸ ਨਿਪੜ ਲੱਗੀ ਆ ਮੂੰਹ ਨੂੰ ਤੇ ਬੋਤਲ ਭਰੀ ਜਾਓ ਤੇ ਅਸੀਂ ਪੀ ਜਾਣੀ ਆ ਜਦੋਂ ਅਸੀਂ ਪੜ੍ਹਦੇ ਹਾਂ ਪਹਿਲਾ ਕੁਰੰਥੀਆ ਦਾ ਪੁਸਤਕ ਉਹਦਾ 13 ਨੰਬਰ ਅਧਿਆਇ ਔਰ ਉਹਦਾ 10 ਨੰਬਰ ਪੰਕਤੀ ਦੇ ਵਿੱਚ ਐਦਾਂ ਕਰਕੇ ਲਿਖਿਆ ਆ ਤੁਸੀਂ ਸੁਣਨਾ ਬੜੇ ਧਿਆਨ ਦੇ ਨਾਲ ਬਾਈਬਲ ਤੁਹਾਨੂੰ ਤੇ ਮੈਨੂੰ ਕੀ ਆਖਦਾ ਹੈ ਹਾਂਜੀ ਪੜ੍ਹੀਏ ਜੀ ਪਹਿਲਾ ਕੁਰੰਥੀਆ ਦਾ ਪੁਸਤਕ ਉਹਦਾ 13 ਨੰਬਰ ਅਧਿਆਇ ਔਰ ਉਹਦਾ 10 ਤੋਂ 12 ਨੰਬਰ ਤੋਂ ਹਾਂਜੀ ਪਰ ਜਦ ਸੰਪੂਰਨ ਆਵੇ ਜਦ ਪੂਰਾ ਆ ਜਾਊਗਾ ਨਿਆਣਿਆਂ ਵਾਂਗੂ ਸਮਝਦਾ ਸੀਗਾ समझ पाए एक्सप्लेन करने की जरूरत ना
बड़ा स्पष्ट शब्दों के विच उन्हें क्लास लगा दी है। कहिंदा जदों मैं न्याणा सीगा न्याणे वांगू बोलदा सी, यानी कि जदों मैं पापी सीगा उदों पाप करन दे विच ही लगा सीगा। कोई पता नहीं सी कि पवित्रता ही की है, कोई पता नहीं सी कि रब ने क्यों धरती दे उपर भेजिया, कौन रब आ, किहड़ा रब आ, कौन मुक्तिदाता, कौन सानू प्यार करन वाला, किहने साडे लई जान दित्ती, किहने लहू बहाया, किहने साडे लई कूड़े खाधे आ, कुछ नहीं पता सी। कहिंदा जदों मैं पाप दे विच सीगा ते पाप करन च लगा होया सीगा। जदों मैं कहिंदा न्याणा सीगा ते न्याणे वांगू बोलदा सीगा, न्याणे वांगू सुणदा सीगा, न्याणे वांगू समझदा सीगा, ते न्याणे वांगू ही कहिंदा जांचण दी कोशिश करदा सीगा, परखदा सीगा। पर हुण कहिंदा मैं की हो गया, हुण की हो गया, एक मिनट च बदलण वाली गल नहीं ਜਿਹੜੀ ਤੁਸੀਂ ਪੜ੍ਹੀ ਔਰ ਬਦਲ ਗਈ ਹੈ ਕਿ ਪਹਿਲਾਂ ਨਿਆਣਾ ਸੀਗਾ ਹੁਣ ਮੈਂ ਸਿਆਣਾ ਹੋ ਗਿਆ, ਇੱਕ ਮਿੰਟ ਚ ਬਦਲਣ ਵਾਲੀ ਗੱਲ ਨਹੀਂ ਹੈ। ਟਾਈਮ ਲੱਗਦਾ ਹੈ ਬੱਚੇ ਨੂੰ ਗਰੋਥ ਕਰਨ ਦੇ ਲਈ, ਟਾਈਮ ਲੱਗਦਾ ਹੈ। ਹੁਣ ਮੈਨੂੰ ਇੱਥੇ ਤੱਕ ਪਹੁੰਚਣ ਦੇ ਲਈ 30 ਸਾਲ ਲੱਗਦੇ ਆ, ਹਾਂ 30 ਪਲੱਸ ਆ। ਜੇ ਅੱਜ ਕੋਈ ਬੱਚਾ ਉੱਠ ਕੇ ਕਹੇ ਕਿ ਜਗਦਮ ਇਸ ਲੈਵਲ ਤੇ ਪਹੁੰਚ ਜਾਵੇ ਤੇ ਨਹੀਂ ਪਹੁੰਚ ਸਕਦਾ। ਕਹਿੰਦਾ ਪਹਿਲਾਂ ਨਿਆਣਾ ਸੀਗਾ, ਕਹਿੰਦਾ ਹੁਣ ਮੈਂ ਸਿਆਣਾ ਹੋ ਗਿਆ, ਹੁਣ ਫਿਰ ਸੋਚਣਾ। ਕਹਿੰਦਾ ਸੋਚਣਾ ਕਿੱਦਾਂ? ਮੈਂ ਕਲੀਸਿਆ ਦੇ ਨਾਲ ਗੱਲ ਕਰ, ਕਹਿੰਦਾ ਸਿਆਣਿਆਂ ਵਾਂਗੂ ਸੋਚਣਾ। ਸਿਆਣੇ ਕਿਹੜੀ ਗੱਲ ਕਰਦੇ ਆ? ਬਹੁਤ ਤਰੱਕੀ ਵਾਲੀ ਗੱਲ ਕਰਦੇ ਆ। ਕਿਸੇ ਦਿਨ ਬਜ਼ੁਰਗਾਂ ਦੇ ਕੋਲੋਂ ਬੈਠ ਕੇ ਦੇਖਣਾ, ਚੰਗੇ ਬਜ਼ੁਰਗ। ਕਈ ਬਜ਼ੁਰਗ ਅੱਜ ਵੀ ਗੱਲਾਂ ਕੱਢਦੇ, ਮੈਂ ਉਹਨਾਂ ਦੀ ਗੱਲ ਨਹੀਂ ਕਰਦਾ। ਜਿਹੜੇ ਚੰਗੇ ਰੱਬ ਦੇ ਡਰ ਖੌਫ ਦੇ ਵਿੱਚ ਹੈਗੇ ਆ ਬਜ਼ੁਰਗ, ਉਹਨਾਂ ਦੇ ਨਾਲ ਬੈਠ ਕੇ ਦੇਖਣਾ, ਤੁਹਾਨੂੰ ਬਹੁਤ ਗੱਲਾਂ ਜਿਹੜੀਆਂ ਆ ਅੱਛੀਆਂ ਉਹਨਾਂ ਦੇ ਕੋਲੋਂ ਮਿਲਦੀਆਂ ਆ ਸਿੱਖਣ। ਕਈ ਤਾਂ ਅੱਜ ਵੀ ਕਾਲ ਤੋਂ ਬਿਨਾਂ ਗੱਲ ਨਹੀਂ ਕਰਦੇ ਹੈਗੇ ਆ ਕਈ ਬਜ਼ੁਰਗ। ਹਾਲੇਲੂਇਆ ਹਾਲੇਲੂਇਆ। ਕਹਿੰਦਾ ਪਹਿਲਾਂ ਮੈਂ ਨਿਆਣਾ ਸੀਗਾ, ਨਿਆਣੇ ਵਾਂਗੂ ਬੋਲਦਾ, ਸੁਣਦਾ, ਸਮਝਦਾ, ਜਾਂਚਦਾ ਸੀਗਾ, ਪਰ ਹੁਣ ਮੈਂ ਕਹਿੰਦਾ ਸਿਆਣਾ ਹੋ ਗਿਆ, ਤੇ ਹੁਣ ਫਿਰ ਆਪਾਂ ਕਿੱਦਾਂ ਸਮਝਣਾ? ਕੀ ਆਪਾਂ ਅੱਜ ਪਹਿਲੀ ਵਾਰੀ ਚਰਚਾ ਹੈ? ਮੈਂ ਫਿਰ ਕਲੀਸਿਆ ਨਾਲ ਗੱਲ ਕਰਦਾ, ਜਾਂ ਤਾਂ ਮੇਰੀ ਆਵਾਜ਼ ਵਧਾ ਦਿਓ ਮਾਈਕ ਦੀ, ਤੇ ਜਾਂ ਕਲੀਸਿਆ ਨੂੰ ਕਹਿ ਦਿਓ ਮੇਰੇ ਨਾਲ ਗੱਲ। ਕੀ ਆਪਾਂ ਅੱਜ ਪਹਿਲੀ ਵਾਰੀ ਚਰਚਾ ਹੈ? ਕੀ ਆਪਾਂ ਅੱਜ ਵੀ ਨਿਆਣੇ ਹੀ ਆ? ਦੇਖ ਲਓ ਮੂੰਹ ਤੋਂ ਅੰਗੀਕਾਰ ਕਰੀ ਸਮਝਦੇ ਆ, ਫਿਰ ਮੈਂ ਫੜ ਲੈਣਾ ਇੱਦਾਂ ਤੁਹਾਡੀਆਂ ਗੱਲਾਂ ਦੇ ਵਿੱਚ। ਤੇ ਬਾਈਬਲ ਕਹਿੰਦਾ ਹੁਣ ਸਾਨੂੰ ਸਿਆਣੇ ਹੋ ਜਾਣਾ ਚਾਹੀਦਾ ਸੀਗਾ, ਸਿਆਣਿਆਂ ਵਾਂਗੂ ਸੋਚਣਾ, ਸਿਆਣਿਆਂ ਵਾਂਗੂ ਬੋਲਣਾ, ਤੇ ਸਿਆਣਿਆਂ ਵਾਂਗੂ ਹੀ ਜਾਂਚਣਾ, ਇਮੈਜੀਨੇਸ਼ਨ ਵੀ ਸਿਆਣਿਆਂ ਵਾਂਗੂ ਕਰਨਾ। ਔਰ ਅੱਜ ਆਪਣੀ ਜ਼ਿੰਦਗੀ ਦੇ ਨਾਲ ਗੌਰ ਕਰਨ ਦੀ ਜ਼ਰੂਰਤ ਆ ਕਿ ਅਸੀਂ ਸੋਚਦੇ ਕਿਹਦੇ ਵਾਂਗੂ ਆ, ਅਸੀਂ ਬੋਲਦੇ ਕਿਹਦੇ ਵਾਂਗੂ ਆ। ਬੁੱਲਣ ਮਤ ਬੱਚੇ ਕਰਦੇ ਆ, ਸਿਆਣੇ ਨਹੀਂ ਕਰਦੇ। ਬੈਡ ਤੇ ਛਾਲਾ ਕੌਣ ਮਾਰਦਾ? ਬਜ਼ੁਰਗ ਬੰਦਾ ਹਾਂ, ਕੌਣ ਮਾਰਦਾ? ਹਾਂ ਨਿਆਣੇ, ਕਿਉਂਕਿ ਉਹ ਨਿਆਣੇ। ਤਾਂ ਜੇ ਕੋਈ ਬਜ਼ੁਰਗ ਛਾਲਾ ਮਾਰਦਾ ਹੋਵੇ ਤੇ ਦੇਖਣ ਨੂੰ ਕਿੱਦਾਂ ਦਾ ਲੱਗੂਗਾ? ਹਾਂ ਉਦਾਂ ਦੇ ਸਿਆਣੇ ਨਹੀਂ ਬਣਨਾ। ਸਿੰਸੀਅਰਲੀ ਜਿਹੜੇ ਸਿਆਣੇ ਆ, ਆਦਰ ਦੇ ਯੋਗ ਆ, ਉਹਨਾਂ ਦੇ ਵਾਂਗੂ ਬਣਨਾ ਆ, ਜਿਹੜੇ ਅੱਛਾ ਬੋਲਦੇ ਆ, ਅੱਛਾ ਸੁਣਦੇ ਆ, ਤੇ ਅੱਛੇ ਵਿਚਾਰ ਉਹਨਾਂ ਦੇ। ਹਾਲੇਲੂਇਆ ਹਾਲੇਲੂਇਆ। ਜੇ ਅੱਜ ਵੀ ਸਾਡੀ ਸੋਚ ਪੂਰੀ ਆ, ਤੇ ਇਹਦਾ ਮਤਲਬ ਸਾਨੂੰ ਮੈਚੋਰਿਟੀ ਦੀ ਲੋੜ ਆ, ਸਾਨੂੰ ਸਿਆਣੇ ਬਣਨ ਦੀ ਲੋੜ ਆ। ਅਸੀਂ ਅੱਜ ਵੀ ਨਿਆਣੇਪਣ ਦੇ ਵਿੱਚ, ਨਿਆਣੇਪਣੇ ਦੇ ਵਿੱਚ ਜ਼ਿੰਦਗੀ ਜੀ ਰਹੇ। ਜੇ ਸਾਡੇ ਬੋਲ ਅੱਜ ਵੀ ਗੰਦੇ ਆ, ਜਾਂ ਸਾਡਾ ਸੁਣਨਾ ਅੱਜ ਵੀ ਗੰਦਾ ਆ, ਤੇ ਸਾਨੂੰ ਅੱਜ ਮੈਚੋਰਿਟੀ ਦੀ ਲੋੜ ਆ। ਜੇ ਸਾਡਾ ਅੱਜ ਵੀ ਦਿਲ ਮਚਲਦਾ ਪਿਆ ਆ ਸੰਸਾਰਕ ਕੰਮਾਂ ਦੇ ਲਈ, ਤੇ ਇਹਦਾ ਮਤਲਬ ਸਾਨੂੰ ਮੈਚੋਰਿਟੀ ਦੀ ਲੋੜ ਆ। ਬਜ਼ੁਰਗ ਕਦੀ ਵੀ ਵੀਡੀਓ ਗੇਮ ਖੇਡਣ ਦੇ ਲਈ ਜਿੱਦ ਨਹੀਂ ਕਰਦਾ, ਨਾ ਹੀ ਉਹ ਖੇਡਦਾ ਹੈ। ਹਾਲੇਲੂਇਆ ਹਾਲੇਲੂਇਆ। ਮੈਂ ਤੁਹਾਨੂੰ ਬਜ਼ੁਰਗ ਨਹੀਂ ਬਣਾਉਣਾ ਚਾਹੁੰਦਾ, ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆ ਕਿ ਇੱਕ ਸਿਆਣਾ ਬੰਦ ਕਿੱਦਾਂ ਦਾ ਹੋਣਾ ਚਾਹੀਦਾ ਇਨਸਾਨ ਦੀ ਜ਼ਿੰਦਗੀ ਵਿੱਚ। ਹੁੱਲੜ ਮੱਤ ਕਰਨ ਵਾਲੀਆਂ ਗੱਲਾਂ ਨੂੰ ਛੱਡ ਦਿਓ, ਸਿਆਣੇ ਬਣੋ।
ਪੌਲ ਕਹਿੰਦਾ ਆ ਹੁਣ ਦੁੱਧ ਬਿਨਾ ਛੱਡ ਦਿਓ ਹੁਣ ਤੁਸੀਂ ਰੋਟੀ ਖਾਣ ਵਾਲੇ ਬਣ ਗਏ ਕਹਿੰਦਾ ਹੁਣ ਤੱਕ ਤੁਹਾਨੂੰ ਪ੍ਰਚਾਰਕ ਹੋ ਜਾਣਾ ਚਾਹੀਦਾ ਸੀਗਾ ਪਰ ਅਸੀਂ ਅੱਜ ਵੀ ਡਿੱਗਦੇ ਖੜਦੇ ਡਿੱਗਦੇ ਖੜਦੇ ਇਹਦਾ ਮਤਲਬ ਅਸੀਂ ਹਲੇ ਵੀ ਚੋਰ ਨਹੀਂ ਹੋਏ ਆ ਹਲੇ ਸਾਨੂੰ ਸਿਆਣੇ ਬਣਨ ਦੀ ਜ਼ਰੂਰਤ ਹੈ ਸਿਆਣਪੁਣ ਦੇ ਵਿੱਚ ਆਉਣ ਦੀ ਜ਼ਰੂਰਤ ਹੈ ਕਹਿੰਦਾ ਜਦੋਂ ਸੰਪੂਰਨ ਆਊਗਾ ਅਧੂਰਾ ਖਤਮ ਹੋ ਜਾਣਾ ਹੈ ਆਪਣੀ ਜ਼ਿੰਦਗੀ ਚ ਉਹਨੂੰ ਇਨਵਾਈਟ ਤਾਂ ਕਰੋ ਕੋਸ਼ਿਸ਼ ਤਾਂ ਕਰੋ ਵਧਣ ਦੀ ਇੱਕ ਕਦਮ ਤਾਂ ਵਧਾ ਕੇ ਦੇਖੋ ਪਰਮੇਸ਼ਵਰ ਕੀ ਨਹੀਂ ਕਰ ਸਕਦਾ ਤੁਹਾਡੇ ਲਈ ਸਭ ਕੁਝ ਕਰ ਸਕਦਾ ਹੈ ਹਾਲੇਲੂਇਆ 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 ਮੈਂ ਮੈਜੋਰਿਟੀ ਦੀਆਂ ਥੋੜੀਆਂ ਜਿਹੀਆਂ ਨਿਸ਼ਾਨੀਆਂ ਤੁਹਾਨੂੰ ਦੱਸ ਦਵਾਂ ਸਿੰਪਟਮ ਦੱਸ ਦਿੰਦਾ ਆ ਦੇਖਣਾ ਤੁਹਾਡੀ ਜ਼ਿੰਦਗੀ ਦੇ ਵਿੱਚ ਆਏ ਆ ਕਿ ਨਹੀਂ ਆਏ ਜਦ ਤੱਕ ਨਹੀਂ ਪਤਾ ਤਦ ਤੱਕ ਮਾਫੀ ਆ ਕੀ ਮੈਂ ਸੱਚ ਬੋਲਦਾ ਜਦ ਤੱਕ ਨਹੀਂ ਪਤਾ ਤਦ ਤੱਕ ਮਾਫੀ ਆ ਪਰ ਜਦੋਂ ਪਤਾ ਹੋਣ ਦੇ ਬਾਵਜੂਦ ਵੀ ਅਸੀਂ ਗਲਤੀਆਂ ਕਰਾਂਗੇ ਤਾਂ ਉਹਦੇ ਨਿਮਿਤ ਮਾਫੀ ਨਹੀਂ ਆ ਸਕਦਾ ਜਿੱਦਾਂ ਬਾਈਬਲ ਕਹਿੰਦਾ ਜੋ ਕੁਛ ਮਰਜ਼ੀ ਤੁਸੀਂ ਬੋਲ ਦੋ ਯਿਸੂ ਮਸੀਹ ਦੀ ਵਰਖਲਾਫਤ ਕਰ ਦੋ ਗਾਲਾਂ ਕੱਢ ਦੋ ਤੁਹਾਨੂੰ ਸ਼ਮਾ ਆ ਤੁਹਾਨੂੰ ਸ਼ਮਾ ਪ੍ਰਾਪਤੀ ਹੋ ਸਕਦੀ ਹੈ ਪਰ ਕਹਿੰਦੇ ਅਗਰ ਪਵਿੱਤਰ ਆਤਮਾ ਦੇ ਬਾਰੇ ਬੋਲ ਦਿੱਤਾ ਤੇ ਮਾਫੀ ਨਹੀਂ ਆ ਤੇ ਮਾਫੀ ਨਹੀਂ ਆ ਨਾ ਇਸ ਯੁੱਗ ਚ ਤੇ ਨਾ ਆਉਣ ਵਾਲੇ ਯੁੱਗ ਦੇ ਵਿੱਚ ਇਸ ਕਰਕੇ ਪਵਿੱਤਰ ਆਤਮਾ ਦੇ ਬਾਰੇ ਗੱਲ ਕਰਨ ਤੋਂ ਪਹਿਲਾਂ ਥੋੜਾ ਵਿਚਾਰ ਸਿਆਣਿਆਂ ਵਾਲੇ ਕਰ ਲੈਣੇ ਚਾਹੀਦੇ ਹਾਲੇਲੂਇਆ ਹਾਲੇਲੂਇਆ ਮੈਂ ਮੈਚੋਰਿਟੀ ਦੀ ਗੱਲ ਕਰਦਾ ਆ ਕਿ ਜਦੋਂ ਜੱਕੀ ਨਾਮ ਦਾ ਇੱਕ ਬੰਦਾ ਸੀਗਾ ਬਾਈਬਲ ਦੇ ਵਿੱਚ ਉਹ ਵਿਆਹ 'ਚ ਰਹਿੰਦਾ ਹੁੰਦਾ ਸੀਗਾ ਲੋਕਾਂ ਦੇ ਕੋਲੋਂ ਪੈਸੇ ਲੈਂਦਾ ਹੁੰਦਾ ਸੀਗਾ ਜਿਹੜੇ ਕਿ ਸਹੀ ਨਹੀਂ ਸੀਗੇ ਪਰ ਉਹਨੂੰ ਪਤਾ ਨਹੀਂ ਸੀਗਾ ਨਿਆਣਾ ਸੀਗਾ ਨਹੀਂ ਪਤਾ ਸੀਗਾ ਪਰ ਬਾਈਬਲ ਕਹਿੰਦਾ ਜਦੋਂ ਉਹਨੂੰ ਪਤਾ ਲੱਗਾ ਯਿਸੂ ਮਸੀਹ ਦੇ ਬਾਰੇ ਉਹਨੇ ਸੁਣਿਆ ਸੀਗਾ ਉਹਨੂੰ ਪਤਾ ਲੱਗਾ ਕਿ ਇਸ ਰਾਹ ਤੋਂ ਯਿਸੂ ਮਸੀਹ ਨੇ ਲੰਘਣਾ ਆ ਕੁਛ ਬਾਈਬਲ ਦੇ ਵਿੱਚ ਇੱਕ ਜ਼ਿਕਰ ਹੁੰਦਾ ਆ ਪੇੜ ਦਾ ਮੈਨੂੰ ਪੇੜ ਦਾ ਨਾਮ ਤਾਂ ਦੱਸ ਦਿਓ ਕੀ ਨਾਮ ਸੀਗਾ ਪੇੜ ਦਾ ਕਿਹੜਾ ਬੀਬੀਆਂ ਦੱਸਣ ਮੈਨੂੰ ਭਰਾਵਾਂ ਦੇ ਯਕੀਨ ਆ ਮੈਨੂੰ ਪਤਾ ਗੁੱਲਰ ਦਾ ਪੇੜ ਰਾਈਟ ਉਹ ਗੁੱਲਰ ਦੇ ਪੇੜ ਦੇ ਉੱਪਰ ਚੜ ਗਿਆ ਕਿਉਂ ਕਿਉਂਕਿ ਉਹ ਕੱਦ ਦਾ ਛੋਟਾ ਸੀ ਉਹ ਕੱਦ ਦਾ ਛੋਟਾ ਸੀਗਾ ਯਿਸੂ ਮਸੀਹ ਨੂੰ ਦੇਖਣ ਦੇ ਲਈ ਜਦੋਂ ਜਿਹੜੇ ਆਪ ਤੋਂ ਯਿਸੂ ਮਸੀਹ ਉੱਥੋਂ ਲੰਘੇ ਤਾਂ ਯਿਸੂ ਮਸੀਹ ਨੇ ਇੱਦਾਂ ਦੇਖਿਆ ਉੱਪਰ ਨੂੰ ਇਹਦੇ ਜੱਗੀ ਉਤਰ ਆ ਅੱਜ ਮੈਂ ਤੇਰੇ ਨਾਲ ਹੀ ਰਹਿਣਾ ਆ ਤੇ ਖਾਣਾ ਹੈ ਹਾਲੇਲੂਇਆ ਹਾਲੇਲੂਇਆ ਕੋਸ਼ਿਸ਼ ਨਾ ਕਰੋ ਨਿਚੋੜ ਹੋਣ ਦੀ ਉਹ ਵੱਡਾ ਬਲ ਬਖਸ਼ੂਗਾ ਨਿਚੋੜ ਹੋਣ ਦੇ ਲਈ ਸਾਰੀ ਕਰੀ ਸੀ ਆਪਣੇ ਆਮੀਨ ਕੁਛ ਤਰ੍ਹਾਂ ਤਾਂ ਕਰੋ ਕੁਛ ਕਰਕੇ ਤਾਂ ਦੇਖੋ ਕਈ ਵਾਰ ਤੁਹਾਡੇ ਦੁਨਿਆਵੀ ਮਾਲਕ ਨੂੰ ਵੀ ਤੁਹਾਡੇ ਉੱਪਰ ਤਰਸ ਆ ਜਾਂਦਾ ਹੈ ਤੁਹਾਨੂੰ ਇੰਨੀ ਮਿਹਨਤ ਕਰਦੇ ਆ ਦੇਖ ਤੇ ਉਹ ਤੁਹਾਡਾ ਸਵਰਗੀ ਬਾਪ ਕਿ ਉਹ ਤਰਸ ਨਹੀਂ ਖਾਊਗਾ ਕਿ ਮੈਂ ਸੱਚ ਬੋਲਦਾ ਜਦੋਂ ਗਰਮੀ ਜੂਨ ਜੁਲਾਈ ਦਾ ਮਹੀਨਾ ਹੋਵੇ ਕੋਈ ਲੇਬਰ ਤੁਸੀਂ ਲਗਾਈ ਹੋਵੇ ਘਰ ਚ ਪਸੀਨੇ ਉਹਨੂੰ ਚੋਂਦੇ ਹੋਣ ਤੇ ਉਹ ਕਈ ਮਾਰਦਾ ਹੋਵੇ ਕਿ ਆਪਾਂ ਨੂੰ ਤਰਸ ਨਹੀਂ ਆਉਂਦਾ ਤਾਂ ਜੇ ਹੀ ਅਸੀਂ ਮੈਚੋਰਿਟੀ ਦੇ ਲਈ ਮਿਹਨਤ ਕਰੀਏ ਗੋਡੇ ਟੇਕ ਟੇਕ ਕੇ ਫਾਸਟਿੰਗ ਕਰ ਕਰਕੇ ਤਾਂ ਕੀ ਜਿਹੜਾ ਸਵਰਗੀ ਪਿਤਾ ਕਿ ਉਹ ਤੁਹਾਨੂੰ ਵਿਚੋਰ ਨਹੀਂ ਕਰੇਗਾ ਕਿ ਉਹ ਤੁਹਾਨੂੰ ਸਮਝ ਨਹੀਂ ਦੇਗਾ ਕਿ ਤੁਹਾਡੇ ਦਿਮਾਗ ਦਾ ਟੱਕਰ ਨਹੀਂ ਖੋਲੇਗਾ ਉਹ ਔਰ ਜੱਤੀ ਦੇ ਘਰ ਜਦੋਂ ਯਿਸੂ ਮਸੀਹ ਗਏ ਆ ਤਾਂ ਯਿਸੂ ਮਸੀਹ ਨੇ ਜਦੋਂ ਉਹਨੂੰ ਗੱਲਾਂ ਦੱਸੀਆਂ ਕਿ ਕਿਹੜੀਆਂ ਸੀ ਤੇ ਕਿਹੜੀਆਂ ਨਹੀਂ ਆ ਬਚਪਨੇ ਦੀਆਂ ਸਿਆਣਪੁਣੇ ਦੀਆਂ ਤੇ ਫਿਰ ਉਹਦਾ ਜਿਹੜਾ ਦਿਮਾਗ ਦਾ ਟੱਕਰ ਖੁੱਲ ਗਿਆ ਕਹਿੰਦਾ ਪ੍ਰਭੂ ਜੀ ਦੇ ਕੋਲੋਂ ਮੈਂ ਜਿੰਨਾ ਲਿਆ ਉਹ ਤੋਂ ਮੈਂ ਦੁੱਗਣਾ ਚੌਗਣਾ ਉਹਨੂੰ ਵਾਪਸ ਕਰਨਾ ਹੈ ਉਹਨੇ ਵੰਡਣਾ ਸ਼ੁਰੂ ਕਰ ਦਿੱਤਾ ਸਿਆਣਪੁਣੇ ਦੇ ਵਿੱਚ ਆ ਗਿਆ ਔਰ ਸਿਆਣਪੁਣੇ ਦੀਆਂ ਗੱਲਾਂ ਉਹਨੇ ਕਰਨੀਆਂ ਸ਼ੁਰੂ ਕਰ ਦਿੱਤੀਆਂ ਬੋਲੋ ਹਾਲੇਲੂਇਆ ਜਿੱਦਾਂ ਅਸੀਂ ਪਹਿਲਾਂ ਕਮਜ਼ੋਰ ਸੀਗੇ ਜਦੋਂ ਚਰਚ ਦੇ ਵਿੱਚ ਅਸੀਂ ਪਹਿਲੀ ਵਾਰ ਆਏ ਵਚਨ ਸੁਣਿਆ ਸਾਡੀ ਜ਼ਿੰਦਗੀ ਤਬਦੀਲ ਹੋ ਗਈ ਉਸ ਤੋਂ ਬਾਅਦ ਸਾਨੂੰ ਸਿਆਣੇ ਬਣਨਾ ਚਾਹੀਦਾ ਸੀਗਾ ਪਰ ਅਸੀਂ ਗੁੰਨੇ ਬਣ ਕੇ ਬੈਠ ਗਏ ਪਰ ਅਸੀਂ ਉਹੀ ਨਿਆਣੇ ਜੇ ਬਣ ਕੇ ਬੈਠ ਗਏ ਹਾਂ ਕਿ ਸਾਨੂੰ ਆਹ ਕੰਮ ਨਾ ਕਰਨਾ ਪੈ ਜੇ ਸਾਨੂੰ ਆਹ ਜ਼ਿੰਮੇਵਾਰੀ ਨਾ ਮਿਲ ਜਾਵੇ ਪਰ ਬਾਈਬਲ ਕਹਿੰਦਾ ਹੈ ਤੁਹਾਨੂੰ ਸਿਆਣੇ ਬਣਨ ਦੀ ਜ਼ਰੂਰਤ ਹੈ ਹੁਣ ਨਿਆਣਪੁਣੇ ਦੀਆਂ ਗੱਲਾਂ ਛੱਡ ਦਿਓ
जिस बच्चे नु आंदा नहीं हुंदा टीचर जदो पुछदा है वो लुकदा फिरदा है और जिन्नु आंदा हुंदा है वो सामने खड़ जांदा है आके कि मैं सच बोलदा ते सामने खड़न वाले बनना है तुसी यीशु मसीह दे नाम च सारी कलीसिया बोल आमीन हालेलुया हालेलुया वचन दे ज्ञान नु लेके तां देखो बाइबल दे नाल समय बिता के तां देखो मैच्योर तुसी किदा होना है ਤੁਸੀਂ ਸਰੀਰ ਦੇ ਵਿੱਚ ਮਚੋਰ ਹੋ ਰਹੇ ਆ ਪਰ ਆਤਮਾ ਦੇ ਵਿੱਚ ਮਚੋਰ ਨਹੀਂ ਹੋ ਰਹੇ ਸਰੀਰ ਦੇ ਵਿੱਚ ਤੁਹਾਡੀ ਉਮਰ ਵੱਧਦੀ ਪਈ ਆ ਪਰ ਆਤਮਾ ਦੇ ਵਿੱਚ ਨਹੀਂ ਵੱਧਦੀ ਪਈ ਤੁਸੀਂ ਆਤਮਾ ਦੇ ਵਿੱਚ ਅੱਜ ਵੀ ਨਿਆਣੇ ਆ ਪਰ ਤੁਹਾਨੂੰ ਸਿਆਣੇ ਬਣਨਾ ਚਾਹੀਦਾ ਸੀ ਤੁਹਾਨੂੰ ਤੁਸੀਂ ਕੰਧ ਕੰਧ ਦੇ ਵਿੱਚ ਵੱਧਦੇ ਪਏ ਆ ਪਰ ਆਤਮਾ ਚ ਵੱਧ ਨਹੀਂ ਰਹੇ ਪਏ ਆ ਤੁਹਾਡੇ ਸਟਾਪ ਲੱਗਾ ਹੋਇਆ ਹੈ ਉਹਨੂੰ ਸਟਾਪ ਨੂੰ ਹਟਾਉਣ ਦੀ ਜ਼ਰੂਰਤ ਆ ਉਹਨੂੰ ਫੁੱਲ ਸਟਾਪ ਨੂੰ ਹਟਾਉਣ ਦੀ ਜ਼ਰੂਰਤ ਆ ਔਰ ਮਚੋਰ ਬਣਨ ਦੀ ਜ਼ਰੂਰਤ ਆ ਆਪਣੀ ਆਤਮਾ ਦੀ ਵੀ ਗ੍ਰੋਥ ਕਰਨ ਦੀ ਜ਼ਰੂਰਤ नशे तो आजाद होया या, चार महीने बाद फिर नशा तंग कर क्यों कारण की वह मैच्योर होया ਮੈਚੋਰਿਟੀ ਉਹਦੀ ਜ਼ਿੰਦਗੀ ਦੇ ਵਿੱਚ ਆਈ ਨਹੀਂ ਸਾਨੂੰ ਬਚਪਨ 'ਚ ਨਹੀਂ ਪਤਾ ਸੀਗਾ ਕਿ ਨੰਗੀ ਤਾਰ ਨੂੰ ਹੱਥ ਲਾਉਣਾ ਸੀ ਮਰ ਜਾਣਾ ਆ ਪਰ ਅਸੀਂ ਸਿਆਣੇ ਹੋ ਗਏ ਹੁਣ ਸਾਨੂੰ ਪਤਾ ਆ ਕਿ ਸਾਨੂੰ ਇਹ ਨਹੀਂ ਪਤਾ ਨਸ਼ਾ ਕਰਨਾ ਸਾਡੇ ਲਈ ਬੁਰਾ ਹੈ ਸਰੀਰਕ ਤੌਰ ਤੇ ਵੀ ਔਰ ਆਤਮਿਕ ਤੌਰ ਤੇ ਵੀ ਔਰ ਅਸੀਂ ਫਿਰ ਵੀ ਕਰਦੇ ਕਹਿੰਦੇ ਜੀ ਪਰੇਸ਼ਾਨੀ ਬਹੁਤ ਆ ਗਈ ਸੀ ਤੇ ਮੈਨੂੰ ਸ਼ਰਾਬ ਦਾ ਸਹਾਰਾ ਲੈਣਾ ਪਿਆ ਪਰਿਵਾਰ ਦੇ ਵਿੱਚ ਦੁੱਖ ਜੇ ਬੜਾ ਆ ਗਿਆ ਸੀਗਾ ਤੇ ਮੈਨੂੰ ਸ਼ਰਾਬ ਦਾ ਸਹਾਰਾ ਲੈਣਾ ਪੈ ਗਿਆ ਵੀ ਜਿੱਦਾਂ ਇੰਨਾ ਹੀ ਦੁੱਖ ਆ ਗਿਆ ਸੀਗਾ ਟਰੱਕ ਨੇ ਸਿਰ ਦੇ ਦਿੱਤਾ ਤੇ ਹਮੇਸ਼ਾ ਦੇ ਲਈ ਫਰੀ ਹੋ ਜਾਣਾ ਹਾਂ ਜੇ ਇੰਨਾ ਹੀ ਦੁਖੀ ਸੀਗਾ ਜ਼ਿੰਦਗੀ ਤੋਂ ਬੰਦਾ ਤੇ ਟਰੱਕ ਨੇ ਸਿਰ ਕਿਉਂ ਨਹੀਂ ਦਿੰਦਾ ਫਿਰ ਦਾਰੂ ਹੀ ਕਿਉਂ ਪੀਂਦਾ ਨਾਲੇ ਦੁੱਖਾਂ ਤੋਂ ਛੁਟਕਾਰਾ ਹੋ ਜਾਂਦਾ ਪੱਕਾ ਹੀ ਨਾਲੇ ਦੁੱਖ ਆਉਣੇ ਵੀ ਨਹੀਂ ਸੀਗੇ ਫਿਰ ਇਹ ਬਚਪਨੇ ਵਾਲੇ ਕੰਮ ਆ ਜਿਹੜੇ ਆਤਮਾ ਦੇ ਵਿੱਚ ਹੱਲੇ ਤੱਕ ਨਿਆਣੇ ਆ ਉਹਨਾਂ ਦੇ ਕੰਮ ਆ ਜਿਨ੍ਹਾਂ ਦੀ ਜ਼ਿੰਦਗੀ 'ਚ ਵਾਰ ਵਾਰ ਪਾਪ ਆਉਂਦਾ ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਵਾਰ ਵਾਰ ਬੁਰਾਈ ਆਉਂਦੀ ਆ ਜਿਹਦੀ ਜ਼ਿੰਦਗੀ ਇਹ ਨਹੀਂ ਆ ਕਿ ਮੈਂ ਪਾਸਟਰ ਆ ਮੇਰੇ ਸਾਹਮਣੇ ਨਹੀਂ ਆਉਂਦਾ ਮੇਰੇ ਸਾਹਮਣੇ ਵੀ ਆਉਂਦਾ ਹੈ ਪਰ ਮੈਂ ਮਚੋਰ ਹੋ ਗਿਆ ਹਾਲੇਲੂਇਆ 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 ਕਿੰਨੇ ਸਮਝ ਪਾ ਰਹੇ ਮੇਰੇ ਕੋਲ ਸਰੀਰਕ ਅਭਿਲਾਸ਼ਾਂ ਜਿਹੜੀਆਂ ਆ ਸੰਸਾਰ ਹਰ ਸ਼ੈਤਾਨ ਹਰ ਵਕਤ ਸੰਸਾਰ ਦੀਆਂ ਗੱਲਾਂ ਹਰ ਵਕਤ ਇਨਸਾਨ ਨੂੰ ਭੁਲੇਖੇ ਦੇ ਵਿੱਚ ਪਾਉਣ ਦੇ ਲਈ ਤਿਆਰ ਹੈ ਪਰ ਕੀ ਅਸੀਂ ਵਿਚੋਰੇ ਕਿ ਸਾਨੂੰ ਇੰਨਾ ਪਤਾ ਕਿ ਆਹ ਗੱਲਾਂ ਜਿਹੜੀਆਂ ਆਹ ਕੰਮ ਅਸੀਂ ਕਰ ਰਹੇ ਹਾਂ ਉਹਦੇ ਨਾਲ ਸਾਡਾ ਵਿਸ਼ੇ ਖਤਮ ਹੋ ਜਾਣ ਉਹਦੇ ਨਾਲ ਸਾਨੂੰ ਫਿਰ ਤੋਂ ਡਿੱਗਣਾ ਪਏਗਾ ਉਸ ਤੋਂ ਬਾਅਦ ਸਾਨੂੰ ਫਿਰ ਤੋਂ ਜ਼ੀਰੋ ਤੋਂ ਖੜਾ ਹੋਣਾ ਪਏਗਾ ਕਿ ਸਾਨੂੰ ਇਸ ਗੱਲ ਦਾ ਗਿਆਨ ਹੈ ਵਿਚੋਰ ਬੰਦਾ ਸਮਝ ਸਕਦਾ ਹੈ ਹਾਲੇਲੂਇਆ ਹਾਲੇਲੂਇਆ ਬਾਰ ਬਾਰ ਡਿੱਗਣਾ ਖੜਨਾ ਡਿੱਗਣਾ ਖੜਨਾ ਇਹ ਵਿਚੋਰ ਬੰਦੇ ਦਾ ਕੰਮ ਨਹੀਂ ਹੈ ਇਹ ਨਿਆਣ ਕੋਨੇ ਦੇ ਵਿੱਚ ਜਿਹੜਾ ਬੰਦਾ ਉਹਦਾ ਕੰਮ ਹੈ ਕਦੇ 3 ਘੰਟੇ ਦੁਆ ਕਰਦੀ ਔਰ ਮੁੜ ਕੇ ਹਫਤਾ ਦੁਆ ਕਰਨ ਦਾ ਟਾਈਮ ਨਹੀਂ ਲੱਗਾ ਜਾਂ ਦਿਲ ਨੇ ਕੀਤਾ ਇਹ ਵਿਚੋਰ ਬੰਦੇ ਦਾ ਕੰਮ ਨਹੀਂ ਹੈ ਹਾਲੇਲੂਇਆ ਹਾਲੇਲੂਇਆ ਇੱਕ ਬੰਦਾ ਸੀਗਾ ਬੱਚਾ ਬੜੀ ਦੁਆ ਕਰਨ ਵਾਲਾ ਸੀਗਾ ਮੈਂ ਦੱਸ ਹੀ ਦਵਾਂ ਤੁਹਾਨੂੰ ਕਿਉਂਕਿ ਮੇਰੀ ਆਦਤ ਆ ਮੈਂ ਆਦਤ ਤੋਂ ਮਜਬੂਰ ਹੈ ਮੇਰੀ ਆਦਤ ਨੂੰ ਪਾ ਦਿਓ ਠੀਕ ਹੈ ਕਿ ਜੇ ਮੈਂ ਤਾਰੀਫ ਕਰਨੀ ਤਾਂ ਮੈਂ ਸਾਰਿਆਂ ਦੇ ਸਾਹਮਣੇ ਕਰਨੀ ਆ ਤਾਂ ਜੇ ਮੈਂ ਗੱਲ ਖੋਲਣੀ ਆ ਤੇ ਸਾਰਿਆਂ ਦੇ ਸਾਹਮਣੇ ਖੋਲਣੀ ਹੈ ਮੇਰੀ ਬੁਰੀ ਆਦਤ ਲਾ ਲਓ ਜਾਂ ਚੰਗੀ ਲਾ ਲਓ ਇਹ ਹੁਣ ਤੁਸੀਂ ਜਿੱਦਾਂ ਇਹਨੂੰ ਮੰਨਣਾ ਮੰਨ ਲਓ ਮੈਂ ਇਸ ਗੱਲ ਦੇ ਉੱਪਰ ਬੜਾ ਹੈਰਾਨ ਆ ਇੱਕ ਬੰਦਾ ਇੱਕ ਬੱਚਾ ਦੁਆ ਕਰਦਾ ਬਾਈਬਲ ਪੜ੍ਹਦਾ ਸੰਗਤੀ ਕਰਦਾ ਕਿਉਂਕਿ ਮੈਂ ਤੁਹਾਨੂੰ ਦੱਸ ਚੁੱਕਾ ਆ ਕਿ ਮੈਚੋਰਿਟੀ ਦੇ ਵਿੱਚ ਜਦੋਂ ਤੁਸੀਂ ਆ ਜਾਓਗੇ ਸ਼ੈਤਾਨ ਜਿੰਨੀਆਂ ਮਰਜ਼ੀ ਓਪਰਚੁਨਿਟੀਆਂ ਤੁਹਾਡੇ ਸਾਹਮਣੇ ਲੈ ਕੇ ਆਵੇ ਤੁਸੀਂ ਉਹਨੂੰ ਕਦੀ ਵੀ ਅਸੈਪਟ ਨਹੀਂ ਕਰੋਗੇ ਕਿਉਂ ਕਿਉਂਕਿ ਤੁਸੀਂ ਸਿਆਣ ਹੋਣੇ ਦੇ ਵਿੱਚ ਆ ਗਏ ਹਾਲੇਲੂਇਆ 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 ਤੁਸੀਂ ਮੈਂ ਜਾਣਦਾ ਤੁਸੀਂ ਬਹੁਤ ਸਿਆਣੇ ਅਗਰ ਕੋਈ ਕਰੋਨਾ ਵਾਇਰਸ ਦੇ ਨਾਲ ਪੋਜ਼ਿਟਿਵ ਬੰਦਾ ਇੱਥੇ ਆ ਜਾਵੇ ਮੈਂ ਤੁਹਾਨੂੰ ਕਹਾਂ ਜੱਫੀ ਪਾਓ ਤੁਸੀਂ ਕੋਈ ਸਹਿਰੇ ਨਹੀਂ ਪਾਉਣੀ ਕਿਉਂ
क्योंकि आप सियाने सू पता पूरा जो वायरस सू लग जाएगा साड़ी बॉडी लग जाएगा और उस बाद परिवार को लग जाएगा कि मैं सच बोलना कि मैं सच बोलना ਇਹ ਤੇ ਸ਼ੈਤਾਨ ਤੁਹਾਡੇ ਸਾਹਮਣੇ ਓਪਰਚੁਨਿਟੀ ਲੈ ਕੇ ਆਂਦਾ ਆ ਬਾਰ-ਬਾਰ ਸੰਸਾਰ ਦੀਆਂ ਸਰੀਰ ਦੀਆਂ ਵਿਨਾਸ਼ਾਂ ਵਾਲ ਲੈ ਕੇ ਆਂਦਾ ਆ ਅਗਰ ਤੁਸੀਂ ਮੈਚੂਰ ਹੋ ਗਏ ਆਤਮਾ ਦੇ ਵਿੱਚ ਤੁਸੀਂ ਕਦੀ ਵੀ ਉਹਦੇ ਆਫਰ ਨੂੰ ਅਸੈਪਟ ਨਹੀਂ ਕਰੋਗੇ ਪਰ ਅਗਰ ਤੁਸੀਂ ਮੈਚੂਰ ਨਹੀਂ ਨਾ ਹੋਏ ਤੁਸੀਂ ਅੱਜ ਵੀ ਡਿੱਗਣ ਦੇ ਗੱਲ ਵੀ ਡਿੱਗੇ ਮੈਨੂੰ ਤਾਂ ਪਤਾ ਹੀ ਪਰਸੋਂ ਲੱਗਾ ਉਹਦੇ ਬਾਰੇ ਕਹਿੰਦੇ ਉਹ ਜਨਾਨੀ ਭਜਾ ਕੇ ਲੈ ਗਿਆ ਕਹਿੰਦੇ ਉਹ ਮੁੰਡਾ ਜਨਾਨੀ ਭਜਾ ਕੇ ਲੈ ਗਿਆ ਕਹਿੰਦੇ ਦੋ ਬੱਚਿਆਂ ਦੀ ਮਾਂ ਸੀਗੀ ਤੇ ਮੈਨੂੰ ਕੱਲ ਪਤਾ ਲੱਗਾ ਕਹਿੰਦੇ ਸੁਨੀਆ ਪਹੁੰਚਿਆ ਮੇਰੇ ਤਾਂ ਤੇ ਕਹਿੰਦੇ ਕਿਉਂਕਿ ਮੈਂ ਗੇਟ ਬੰਦ ਕਰ ਦਿੱਤਾ ਉਹਦੇ ਲਈ ਮੈਂ ਕਿਹਾ ਇਹ ਬੰਦਾ ਵੜਨਾ ਨਹੀਂ ਚਾਹੀਦਾ ਤੇ ਕਿਸੇ ਦੇ ਥਰੂ ਮੇਰੇ ਤੱਕ ਮੈਸੇਜ ਕੁਝ ਆਇਆ ਕਹਿੰਦਾ ਪਾਸਟਰ ਜੀ ਨੂੰ ਕਹਿੰਦੇ ਹੋ ਕਿ ਮੈਂ ਨਹੀਂ ਲੈ ਕੇ ਭੱਜਿਆ ਉਹ ਮੈਨੂੰ ਲੈ ਕੇ ਭੱਜੀ ਸੀ ਮੈਨੂੰ ਮਾਫ ਕਰ ਦਿਓ ਹੁਣ ਮੈਨੂੰ ਦੱਸੋ ਵੀ ਇਹ ਮੈਚੋਰਿਟੀ ਦੀਆਂ ਗੱਲਾਂ ਹੈ ਇੱਕ ਬੰਦੇ ਨੂੰ ਪਵਿੱਤਰ ਆਤਮਾ ਦੇ ਬਾਰੇ ਪਤਾ ਲੱਗ ਗਿਆ ਇੱਕ ਬੰਦੇ ਨੂੰ ਦੁਆ ਕਰਨਾ ਪਤਾ ਲੱਗ ਗਿਆ ਵਰਤ ਰੱਖਣਾ ਪਤਾ ਲੱਗ ਗਿਆ ਖੁਦਾਵੰਦ ਦੇ ਨਾਲ ਸਮੇਂ ਬਿਤਾਉਣਾ ਪਤਾ ਲੱਗ ਗਿਆ ਬਾਈਬਲ ਪੜ੍ਹਨਾ ਕਿਉਂ ਜ਼ਰੂਰੀ ਹੈ ਪਤਾ ਲੱਗ ਗਿਆ ਫਿਰ ਇਹ ਗੱਲਾਂ ਕਿੱਦਾਂ ਤੁਸੀਂ ਸਮਝਦੇ ਯਿਸੂ ਮਸੀਹ ਕੀ ਕਹਿੰਦੇ ਕਹਿੰਦੇ ਦੁਆ ਕਰਦੇ ਰਹੋ ਤੁਸੀਂ ਭੁਲੇਖੇ ਚ ਨਾ ਪੈ ਜਾਓ ਏਦਾਂ ਪਾਉਂਦਾ ਭੁਲੇਖੇ ਕਹਿੰਦਾ ਮੈਂ ਨਹੀਂ ਕਹਿੰਦਾ ਉਹ ਭਜਾ ਕੇ ਲੈ ਗਿਆ ਫਿਰ ਰੋਵੇ ਹੋਕੇ ਲੈ ਲੈ ਕੇ ਰੋਵੇ ਮੈਂ ਕਿਹਾ ਬੇਟਾ ਅੱਜ ਕਰ ਦਿੱਤਾ ਫੋਨ ਹੁਣ ਇਸ ਤੋਂ ਬਾਅਦ ਨਾ ਕਰ ਤੇ ਹੁਣ ਕਿਸੇ ਹੋਰ ਜਗ੍ਹਾ ਤੇ ਜਾ ਤੇ ਤੌਬਾ ਦੇ ਲਾਇਕ ਕੰਮ ਕਰ ਤੁਸੀਂ ਸਮਝੋ ਸ਼ੈਤਾਨ ਜਵਾਨ ਬੰਦੇ ਨੂੰ ਮੈਂ ਲਾਈਵ ਪ੍ਰਾਰਥਨਾ ਦੇ ਵਿੱਚ ਵੀ ਦੱਸਦਾ ਤੇ ਮੈਂ ਅੱਜ ਵੀ ਤੁਹਾਨੂੰ ਦੱਸਦਾ ਜਵਾਨ ਖਾਸ ਕਰਕੇ ਸੁਣਾ ਸ਼ੈਤਾਨ ਜਵਾਨ ਨੂੰ ਯਾਦ ਤਾਂ ਨਸ਼ਿਆਂ ਦੇ ਲਈ ਉਕਸਾਉਂਦਾ ਹੈ ਕੁੜੀਆਂ ਤਾਂ ਚਲੋ ਨਹੀਂ ਕਰਦੀਆਂ ਮੁੰਡਿਆਂ ਚ ਗੱਲ ਕਰਦਾ ਨਸ਼ਿਆਂ ਦੇ ਲਈ ਉਕਸਾਉਂਦਾ ਉਹਨਾਂ ਚ ਚੁਗਲੀਆਂ ਵਾਲਾ ਕੰਮ ਪਾਇਆ ਹੋਇਆ ਇਹ ਵੀ ਨਸ਼ੇ ਤੋਂ ਭੈੜਾ ਹੀ ਸੁਣੋ 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 ਜਵਾਨ ਨੂੰ ਨਸ਼ਿਆਂ ਦੇ ਵਸ ਚ ਪਾਇਆ ਹੋਇਆ ਤੇ ਆ ਸੰਸਾਰਕ ਭੱਜ ਦੌੜ ਦੇ ਕੰਮ ਚ ਪਾਇਆ ਹੋਇਆ ਸੰਸਾਰਕ ਪਿਆਰ ਦੇ ਵਸ ਦੇ ਵਿੱਚ ਪਾਇਆ ਹੋਇਆ ਜੇ ਇਹਨਾਂ ਦੋਨਾਂ ਤੋਂ ਬੰਦਾ ਜਿੱਤ ਲੈਂਦਾ ਨਾ ਤੇ ਫਿਰ ਇਹ ਜਿਹੜਾ ਮੈਰਿਜ ਦਾ ਡਿਸੀਜਨ ਹੁੰਦਾ ਨਾ ਇਹ ਰੋਂਗ ਹੋ ਜਾਂਦਾ ਹੁੰਦਾ ਫਿਰ ਇਹਦੇ ਚ ਫਸਦਾ ਹੈ ਇਹ ਤੇ ਇੰਨੀ ਕੰਮ ਹੈ ਜਵਾਨ ਦੀ ਜ਼ਿੰਦਗੀ ਦੇ ਵਿੱਚ ਹਾਲੇਲੂਇਆ ਹਾਲੇਲੂਇਆ ਇਹਨਾਂ ਤਿੰਨਾਂ ਡਿਸੀਜਨਾਂ ਦੇ ਵਿੱਚ ਦੇਖਣਾ ਇਹਨਾਂ ਤਿੰਨਾਂ ਜਿਹੜੇ ਪੜਾਅ ਆਉਂਦੇ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਦੇਖਣਾ ਕਿ ਆਪਾਂ ਹਰ ਵਕਤ ਸਹੀ ਚੱਲ ਰਹੇ ਨੇ ਸ਼ੈਤਾਨ ਬਾਰ ਬਾਰ ਤੁਹਾਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰੂਗਾ ਕਿ ਤੁਸੀਂ ਜਿੱਤ ਰਹੇ ਆ ਅਗਰ ਤੁਸੀਂ ਜਿੱਤ ਰਹੇ ਤਾਂ ਮਤਲਬ ਤੁਸੀਂ ਮੈਚੋਰ ਹੋ ਗਏ ਅਗਰ ਬਾਰ ਬਾਰ ਡਿੱਗ ਰਹੇ ਆ ਬਾਰ ਬਾਰ ਤੌਬਾ ਕਰਨ ਦੀ ਤੁਹਾਨੂੰ ਜ਼ਰੂਰਤ ਪੈ ਰਹੀ ਹੈ ਤਾਂ ਮਤਲਬ ਤੁਹਾਨੂੰ ਮੈਚੋਰ ਹੋਣ ਦੀ ਜ਼ਰੂਰਤ ਹੈ ਹਾਲੇਲੂਇਆ ਹਾਲੇਲੂਇਆ ਕਿੰਨੇ ਸਮਝ ਪਾ ਰਹੇ ਆ ਸਮਝ ਆ ਰਹੀ ਉਹਦਾ ਬੰਦਾ ਧੰਨਵਾਦ ਹੈ ਇਹਨਾਂ ਸਾਰੀਆਂ ਗੱਲਾਂ ਦੇ ਲਈ ਇਬਰਾਨੀਆਂ ਦਾ ਪੁਸਤਕ ਉਹਦਾ 5 ਨੰਬਰ ਅਧਿਆਇ ਮੇਰੇ ਨਾਲ ਓਪਨ ਕਰੀਏ ਆਪਣਾ ਬਾਈਬਲ ਇਬਰਾਨੀਆਂ ਦਾ ਪੁਸਤਕ ਉਹਦਾ 5 ਨੰਬਰ ਅਧਿਆਇ ਉਹਦਾ 11 ਤੋਂ 14 ਨੰਬਰ ਤੱਕ ਪੜ੍ਹਨਾ ਸ਼ੁਰੂ ਕਰੀਏ ਸਰ ਇਬਰਾਨੀਆਂ ਦਾ ਪੁਸਤਕ ਉਹਦਾ 5 ਨੰਬਰ ਅਧਿਆਇ ਉਹਦਾ 11 ਤੋਂ 14 ਨੰਬਰ ਪੰਕਤੀ ਤੱਕ ਅਸੀਂ ਪੜ੍ਹਨਾ ਹੈ ਔਰ ਆਪਾਂ ਸਾਰਿਆਂ ਨੇ ਸੁਣਨਾ ਹੈ ਬਾਈਬਲ ਤੁਹਾਨੂੰ ਤੇ ਮੈਨੂੰ ਕੀ ਕਹਿੰਦਾ ਹਾਂਜੀ ਪੜ੍ਹ ਦੀਜੀਏ ਜੀ ਉਹਦੇ ਵਿਖੇ ਤਾਂ ਬਹੁਤ ਕੁਝ ਆਪਣਾ ਹੈ ਹਾਂਜੀ ਜਿਹਦਾ ਅਰਥ ਕਰਨਾ ਔਖਾ ਹੈ ਹਾਂਜੀ ਇਸ ਲਈ ਜੋ ਤੁਸੀਂ ਕੰਨਾਂ ਤੋਂ ਬੋਲੇ ਹੋ ਗਏ ਹੋ ਦੇਖੋ ਸਿੱਧੀਆਂ ਸਪਸ਼ਟ ਗੱਲਾਂ ਤੁਹਾਡੇ ਸਾਹਮਣੇ ਆ ਬਾਈਬਲ ਕਹਿੰਦਾ ਅਸੀਂ ਬਹੁਤ ਕੁਝ ਤੁਹਾਨੂੰ ਆਖਣਾ ਸੀਗਾ ਜਿਹਦਾ ਅਰਥ ਕਰਨਾ ਔਖਾ ਆ ਗਹਿਰਾਈ ਆ ਕਹਿੰਦਾ ਇਸ ਲਈ ਜੋ ਤੁਸੀਂ ਕੰਨਾਂ ਤੋਂ ਕੀ ਆ ਬੋਲੇ ਹੋ ਬੋਲੇ ਆ ਛੋਟੇ ਬੱਚੇ ਨੂੰ ਤੁਸੀਂ ਦੋ ਗੱਲਾਂ ਕਰ ਦੋ ਦੂਸਰੇ ਦਿਨ ਭੁੱਲ ਜਾਏਗਾ ਉਸੇ ਦਿਨ ਭੁੱਲ ਜਾਏਗਾ ਸ਼ਾਮ ਔਰ ਇਹ ਥੱਪੜ ਮਾਰ ਦੋ ਸ਼ਾਮ ਨੂੰ ਤੁਹਾਡੇ ਗਲੇ ਲੱਗੇਗਾ ਕਿਉਂ ਕਿਉਂਕਿ ਯਾਦ ਨਹੀਂ ਰਹੇਗਾ ਕਿਉਂਕਿ ਉਹ ਬੱਚਾ ਹੈ
और सियाने ने एक मार दियो और जिंदगी भी बारे याद रखेगा कि इन्हें मेरे थप्पड़ मारे थे तो मैं भी मौका पा लेना आवे तो सही नार थे कि मैं सच बोलना और बाइबल तुहानू ते मैनू कहिंदा आ कहिंदा हले बहुत कुछ तुहानू आखणा सीगा जिहदा अर्थ करना औखा आ इस लई जो तुसी कन्ना तो बोले हो गए बोले मतलब समझ जिहनू वचन याद नहीं रहिंदा जिहदे अंदर वचन जांदा नहीं और ठहरदा नहीं आ सुनना कहिंदा आ कोई होर जरिया हैगा सुनन दा बोलो कन्ना तो अलावा कोई होर जरिया हैगा सुनन दा तां जे इही बोले हो गए तां कहिंदा असी कलाम नू सुन पावांगे जे कलाम उस कला सुनते हैं ओदे अनुसार चलते नहीं तो मतलब तुसी बोले हैं जे कलाम नु तुसी पढ़ते हैं और ओदे अनुसार चल नहीं रहे हैं तो इहदा मतलब तुसी अन्ने हैं बाइबल कहिंदा मैं नहीं कहिंदा क्योंकि पढ़ना काफी नहीं है जे तुहाडा पढ़ के ठोकर लगदी है तुहानू ते अन्ने नु बिना पढ़े लगन दी है तो तुहाडे च ते ओदे च फर्क की है इन्हें समझ पा रहे मेरी गल जे बाइबल पढ़ के तुसी पाप करना है ते बिना बाइबल पढ़ के भी लोग पाप करदे आ तुहाडे च ते ओहदे विच फर्क की आउंदा किन्ने मेरी गल समझ पा रहे आ मैं मैच्योरिटी दी गल करदा खुदा ने सानू मैच्योर कर दिता है यीशु मसीह इन्ने क मैच्योर हो गए सीगे और बड़े रोब दे नाल लोगां नू कहिंदे सीगे अपने वैरियां नू कहिंदे करो किहड़ा साबित कर सकदा मेरे ते गुनाह इह कोई छोटी गल है एक बार एक औरत जड़ी विचारन औरत सी वो पाप करती फड़ी गई और विरोधियों ने उन्हें ऐन मौके पर फड़ लिया और यीशु मसीह के कोल ले आए ता ले आए क्योंकि यीशु मसीह जो वो कुछ ना कुछ गलती लभना चाहते थे कि ये कोई गलती करे तो इन्हें फड़ लिया सी और की हुंदा बाइबल जो तुसी भी पढ़े आया इस स्टोरी नू और मैं भी पढ़े आया तुहाडे सामने थोड़ा जिहा रखदा हां और की हुंदा ਕਹਿੰਦੇ ਯਿਸੂ ਮਸੀਹ ਦੇ ਕੋਲ ਉਸ ਔਰਤ ਨੂੰ ਲਿਆ ਜਾਂ ਖੜੀ ਕਰ ਦਿੱਤਾ ਔਰ ਕਹਿੰਦੇ ਯਿਸੂ ਮਸੀਹ ਨੂੰ ਕਹਿੰਦੇ ਆ ਵੀ ਮੂਸਾ ਦੀ ਵਿਵਸਥਾ ਦੇ ਵਿੱਚ ਇਦਾਂ ਲਿਖਿਆ ਕਿ ਜਿਹੜੀ ਔਰਤ ਇਹਦਾ ਪਾਪ ਕਰਦੀ ਫੜੀ ਜਾਵੇ ਸਬੂਤ ਦੇ ਨਾਂ ਤੇ ਉਹਨੂੰ ਕੀ ਕਰੋ ਪਿਆਰ ਕਰੋ ਕੀ ਕਰੋ ਉਹਨੂੰ ਪੱਥਰ ਮਾਰ ਮਾਰ ਕੇ ਕੀ ਕਰ ਦੇਵੋ ਜਾਨੋਂ ਮਾਰ ਦਿਓ ਕਹਿੰਦਾ ਮੂਸਾ ਦੀ ਵਿਵਸਥਾ ਦੇ ਵਿੱਚ ਸਾਨੂੰ ਇਹ ਹੁਕਮ ਮਿਲਿਆ ਆ ਹੁਣ ਤੂੰ ਦੱਸ ਕਹਿੰਦਾ ਅਸੀਂ ਕੀ ਕਰੀਏ ਤੇ ਫਿਰ ਯਿਸੂ ਮਸੀਹ ਕੀ ਕਰਨ ਲੱਗੇ ਬੀਬੀਆਂ ਦੱਸਣ यीशु मसीह की करण आगे हां बाइबल कहता यीशु मसीह धरती के ऊपर पहुंचे लिखण लागे उंगली दे नाल ए नहीं देखिया कि लिखण लागे पर एना या कि उंगली दे नाल कुछ मैं दसदा तो की लिखण लागे की जानना चाहंदे तुसी की लिखण दे पे से जानना चाहंदे हैं मैं दसदा ਜਿਹੜੇ ਬੰਦੇ ਇੰਨੇ ਐਕਸਾਈਟਡ ਹੋ ਕੇ ਆਇਆ ਕਿ ਇਸ ਔਰਤ ਨੂੰ ਅਸੀਂ ਮਾਰਨਾ ਆ ਉਹ ਸਿਰਫ ਇੰਨਾ ਸੁਣ ਕੇ ਵਾਪਸ ਨਹੀਂ ਜਾ ਸਕਦੇ ਸੀਗੇ ਕਿ ਯਿਸੂ ਮਸੀਹ ਕਹਿੰਦੇ ਜਿਹਨੇ ਕਦੀ ਵੀ ਪਾਪ ਕੀਤਾ ਉਹ ਪਹਿਲਾਂ ਪੱਥਰ ਮਾਰੇ ਬਾਈਬਲ ਕਹਿੰਦਾ ਸਾਰੇ ਹੀ ਛੱਡ ਕੇ ਚਲੇ ਗਏ ਇੰਨਾ ਈਜ਼ੀ ਹੈਗਾ ਜਿਹੜਾ ਆਇਆ ਹੀ ਮਾਰਨ ਦੇ ਲਈ ਆ ਉਹ ਕਿੱਦਾਂ ਚਲੇ ਜਾਊਗਾ ਦੱਸੋ ਪਹਿਲਾਂ ਮੈਨੂੰ ਬਾਈਬਲ ਕਹਿੰਦਾ ਯਿਸੂ ਮਸੀਹ ਜਦੋਂ ਲਿਖਦੇ ਪਏ ਸੀਗੇ ਪਤਾ ਕੀ ਲਿਖਦੇ ਸੀ ਜਿਹੜੇ ਪਰਸਨ ਮੋਰੀ ਸੀਗੇ ਤਾਂ ਜਿਹੜੇ ਆਏ ਸੀਗੇ ਨਾ ਉਹਨਾਂ ਦੀਆਂ ਗਲਤੀਆਂ ਗੁਪਤ ਪਾਪ ਉਹਨਾਂ ਦੀਆਂ ਕਮਜ਼ੋਰੀਆਂ ਉਹਨਾਂ ਦੇ ਜਿਹੜੇ ਗੁਪਤ ਜਿਹੜੇ ਗੁਨਾਹ ਉਹ ਕਰਦੇ ਸੀਗੇ ਲੋਕਾਂ ਨੂੰ ਨਹੀਂ ਪਤਾ ਸੀਗਾ ਉਹ ਜਦੋਂ ਉਹਨਾਂ ਨੇ ਲਿਖਣੇ ਸ਼ੁਰੂ ਕਰ ਦਿੱਤੇ ਜਦੋਂ ਉਹਨਾਂ ਲੋਕਾਂ ਨੇ ਦੇਖਣੇ ਸ਼ੁਰੂ ਕਰ ਦਿੱਤੇ ਕਿ ਸਾਡੇ ਭੇਤ ਖੁੱਲਦੇ ਪਏ ਇੱਥੇ ਔਰ ਯਿਸੂ ਮਸੀਹ ਕਹਿੰਦੇ ਜਿਹਨੇ ਕਦੀ ਵੀ ਨਹੀਂ ਪਾਪ ਕੀਤਾ ਉਹ ਪਹਿਲਾਂ ਪੱਥਰ ਮਾਰੇ ਜਦੋਂ ਉਹਨਾਂ ਦੇ ਪਾਪ ਸਾਹਮਣੇ ਲਿਖੇ ਨਜ਼ਰ ਆ ਗਏ ਨਾ ਉਸੇ ਟਾਈਮ ਪੱਥਰ ਸੁੱਟੇ ਹੋਏ ਤੋੜ ਗਏ ਇਹਨੇ ਸਮਝ ਪਾਏ ਹਾਲੇਲੂਇਆ ਹਾਲੇਲੂਇਆ ਸੀ ਬਾਈਬਲ ਨੂੰ ਕਿਤਾਬ ਦੀ ਤਰ੍ਹਾਂ ਨਹੀਂ ਪੜ੍ਹਨਾ ਇਹਦੇ ਵਿੱਚੋਂ ਲੱਭਣਾ ਆ ਉਹਦੇ ਉਸ ਗੱਲ ਦੇ ਉੱਪਰ ਫੋਕਸ ਕਰਨਾ ਕਿ ਕੀ ਲਿਖਦੇ ਪਏ ਸੀ ਜੇ ਇਹਦੇ ਵੱਲ ਫੋਕਸ ਕੀਤਾ ਤੇ ਅੱਜ ਤੁਹਾਡੇ ਸਾਹਮਣੇ ਰੱਖ ਦਿੱਤਾ ਔਰ ਆਪਾਂ ਕਿੱਦਾਂ ਪੜ੍ਹਿਆ ਮੇਰਾ ਵੀ ਬਾਈਬਲ ਉਹੀ ਹੈ ਤੁਹਾਡਾ ਵੀ ਬਾਈਬਲ ਉਹੀ ਹੈ ਤੁਸੀਂ ਸਿਰਫ ਇਹੋ ਹੀ ਪੜ੍ਹਿਆ ਯਿਸੂ ਮਸੀਹ ਕਹਿੰਦੇ ਜਿਹਨੇ ਗੁਨਾਹ ਨਹੀਂ ਕੀਤਾ ਉਹ ਪਹਿਲਾਂ ਪੱਥਰ ਮਾਰਦੇ ਤੁਹਾਡੇ ਔਰ ਮੇਰੇ ਪੜ੍ਹਨ ਦੇ ਵਿੱਚ ਬੜਾ ਫਰਕ ਹੈ ਖੁਦਾ ਦੀ ਕਿਰਪਾ ਦੇ ਨਾਲ ਮੈਚੋਰ ਹੋਣਾ ਹੈ ਹੁਣ ਅਸੀਂ
किताब की तरह नहीं इन्हू पढ़ना, ये बहुत गल्ला गहराई दया भेद और खोलने खुदा ने अधिकार दिता सानू और ये समय बितावे तो भेद खोलने। नहीं तो सोचो जेडे बंदे मारन आए सी बड़े बड़े पत्थर चुक के और सिर्फ एक गल सुन के वापस चले जाओगे, ये जान वाला बंदा है वापस। मैच्योर होने की जरूरत है, सानू वड्डे होने की जरूरत है, सानू सियाने होने की जरूरत है। कहता तुसी कन्ना तो बोले नहीं तो गल्ला तो मैं बहुत करनी सी तुहाडे नाल। हाँ जी पढ़िए अगे बाइबल की कहता, क्यों जो चिर होने करके कहता क्यों जो हुण समा ज्यादा होने दे करके तुहानू उपदेशक होना चाहीदा सी, तुहानू हुण तक की होना चाहीदा सीगा उपदेशक होना चाहीदा। बोलो बोलो जरा अपने मुंह तो बोलो, मैनू की होना चाहीदा सी मैं आज भी टॉफियां खाई जाता या खाई जाती। बाइबल कहता है ज्यादा चिर होने के करके सानू की हो जाना चाहिए सिगा उपदेशक, उपदेशक मतलब समझ उपदेश करने वाला, इंक्रीज करने वाला, एक्साइटेड करने वाला, एक्साइटमेंट पैदा करने वाला। हाँ जी पढ़िए अभी, पर तुहानू लोड़ है और कहना हले तो अनुलोड़ या भाई कोई तो परमेश्वर की बाणी दे मूल मंत्र दा मूल फेर सिखावे, भाई कोई तो अनु परमेश्वर की बाणी दे मूल मंत्र दा मूल मूल मतलब शुरुआत फिर सिखावे। कितनी बढ़िया गल है, हां ये मन लगता वचन शर्मिंदा करता पया कई बार ਕਹਿੰਦਾ ਜ਼ਿਆਦਾ ਸਮਾਂ ਹੋਣ ਦੇ ਕਰਕੇ ਸਾਨੂੰ ਉਪਦੇਸ਼ਕ ਹੋ ਜਾਣਾ ਚਾਹੀਦਾ ਸੀਗਾ, ਪਰ ਚੱਕਰ ਕੀ ਪੈ ਗਿਆ, ਪ੍ਰੋਬਲਮ ਕਿੱਥੇ ਆ ਗਈ ਹੈ ਕਿ ਤੁਹਾਨੂੰ ਕੀ ਲੱਗਦਾ ਖੁਦਾ ਹੱਥ ਫੜ ਕੇ ਕਵੇ ਉੱਠ ਬਈ ਹੈ ਉਪਦੇਸ਼ ਕਰ ਔਰ ਸਾਨੂੰ ਕੁਝ ਵੀ ਨਾ ਕਰਨਾ ਪਵੇ, ਹੈ ਉਹ ਵਚਨ ਵੀ ਦਵੇ ਉਹ ਵਚਨ ਦਾ ਤਰਜਮਾ ਵੀ ਕਰੇ ਉਹ ਬੁਲਾਵੇ ਵੀ ਆਪਾਂ ਕੁਝ ਵੀ ਨਾ ਕਰੀਏ। ਕਹਿੰਦੇ ਹੁਣ ਤੱਕ ਤੁਹਾਨੂੰ ਉਪਦੇਸ਼ਕ ਹੋ ਜਾਣਾ ਚਾਹੀਦਾ ਸੀਗਾ, ਪਰ ਕਹਿੰਦੇ ਹਲੇ ਲੋੜ ਆ, ਤੁਹਾਨੂੰ ਹਲੇ ਵੀ ਲੋੜ ਆ ਕਿ ਤੁਹਾਨੂੰ ਸ਼ੁਰੂਆਤ ਦੇ ਬਾਰੇ ਦੱਸਿਆ ਜਾਵੇ ਕਿ ਧਰਤੀ ਕਿੱਦਾਂ ਬਣੀ, ਆਕਾਸ਼ ਕਿੱਦਾਂ ਬਣਿਆ, ਸਮੁੰਦਰ ਕਿੱਦਾਂ ਅਲੱਗ ਅਲੱਗ ਹੋਇਆ, ਕਿੱਦਾਂ ਇਹ ਸਾਰੀਆਂ ਗੱਲਾਂ ਤੁਹਾਨੂੰ ਹਲੇ ਦੱਸਣ ਦੀ ਜ਼ਰੂਰਤ ਆ। ਹਾਂਜੀ ਪੜ੍ਹੀਏ ਅੱਗੇ ਕਿ ਪਰਮੇਸ਼ਵਰ ਦੀ ਬਾਣੀ ਦੇ ਮੂਲ ਮੰਤਰਾਂ ਦਾ ਮੁੱਢ ਤੁਹਾਨੂੰ ਫਿਰ ਤੋਂ ਸਿਖਾਵੇ ਕੋਈ। ਹਾਂਜੀ गरम करके है जो पत्ती पाते हैं इतना ही है, पर इतने वह गल नहीं होंगी पी है दुध जो बच्चा पीता है मां का दुध पीता या बोतल के ਕਹਿੰਦਾ ਤੁਸੀਂ ਅੰਨ ਖਾਣ ਵਾਲੇ ਨਹੀਂ ਆ, ਹੁਣ ਤੁਹਾਨੂੰ ਦੁੱਧ ਪੀਣ ਦੀ ਲੋੜ ਪਈ ਹੋਈ ਆ, ਤੁਸੀਂ ਹੱਲੇ ਵੀ ਨਿਆਣੇ ਬਣ ਕੇ ਬੈਠੇ ਪਏ ਆ। ਹਾਂਜੀ ਹਰੇਕ ਜਿਹੜਾ ਦੁੱਧ ਹੀ ਵਰਤਦਾ ਹੈ, ਹਰੇਕ ਜਿਹੜਾ ਦੁੱਧ ਵਰਤਦਾ ਆ ਉਹ ਧਰਮ ਦੇ ਵਚਨ ਤੋਂ ਅਣਜਾਣ ਹੈ, ਉਹ ਧਰਮ ਦੇ ਵਚਨ ਤੋਂ ਕੀ ਆ ਅਣਜਾਣ ਹੈ, ਅਣਜਾਣ ਆ ਇਸ ਲਈ ਕਿ ਨਿਆਣਾ ਹੈ, ਇਸ ਲਈ ਕਿ ਉਹ ਨਿਆਣਾ ਬਣਿਆ ਹੋਇਆ ਹੱਲੇ ਵੀ, ਉਹ ਧਰਮ ਦੇ ਕੰਮ ਕਦੀ ਨਹੀਂ ਕਰ ਸਕਦਾ, ਉਹ ਪਰਮੇਸ਼ਵਰ ਦੀ ਨਜ਼ਰਾਂ 'ਚ ਧਾਰਮਿਕ ਬੰਦਾ ਕਦੀ ਵੀ ਨਹੀਂ ਕਹਿਲਾ ਸਕਦਾ। ਬਾਈਬਲ ਕਹਿੰਦਾ ਧਰਮੀ ਦੇ ਜ਼ਿੰਦਗੀ ਦੇ ਉੱਪਰ ਪਰਮੇਸ਼ਵਰ ਦੀ ਨਜ਼ਰਾਂ ਕੀ ਹੁੰਦੀਆਂ, ਕੀ ਹੁੰਦੀਆਂ, ਸਦਾ ਹੀ ਲੱਗੀਆਂ ਰਹਿੰਦੀਆਂ। ਸਮਝ ਲਓ ਮੇਰੀ ਗੱਲ, ਧਰਮੀ ਬੰਦੇ ਦੀ ਜ਼ਿੰਦਗੀ ਦੇ ਉੱਪਰ ਤਾਂ ਅਸੀਂ ਧਰਮੀ ਕਿੱਦਾਂ ਬਣਾਂਗੇ ਜਦੋਂ ਅਸੀਂ ਮੈਚੋਰਿਟੀ ਦੇ ਵਿੱਚ ਆਵਾਂਗੇ, ਸਪਿਰਚੁਅਲ ਮੈਚੋਰਿਟੀ ਦੇ ਵਿੱਚ, ਆਤਮਾ ਦੇ ਤੌਰ
आत्मक असि सियाने जो होवांगे सानू पता होना चाहिए कि असि कदम जिहड़ा चक के रख रहे हैं कि रखण दे नाल साडा नुकसान तां नहीं होगा, साडी आत्मा दे विच कोई लॉस तां नहीं होएगा, पवित्र आत्मा साडे तों नाराज तां नहीं होएगा। ये आ मैच्योरिटी की गल, और जिहड़ी मैच्योरिटी की गल नहीं आ वह बंदा एदां ही तुरदा रहिंदा। बाइबल कहना मूर्ख बंदा जेड़ा है जद तक वो चुप रहे ना सियाने च ते मूर्ख च फर्क नहीं पता लगता। कहावतां दे विच लिखिया कहते जद तक मूर्ख चुप आ वो भी सियाना लगता पेगा। हुण एक बंदा अनपढ़ हो गए और मूर्ख हो गए उन्हें कोट पेंट लगवा के टाई ला के बिठा दो, हां कोई नहीं कह सकता कि वो अनपढ़ है, पर जब उन्हें बोलना ना फिर आपे पता लग जाना, और लगता भी होंगे कई बार पता जो आप मिलते हैं, बहुत जने मिलते हैं। बाइबल कहता मूर्ख जद तक चोपया तद तक वो सियाणा लगता, पर जो बोलता है मूर्ख होना झलकता है। हालेलुया। कहना तुम हम अन्न की नहीं, कहना हम तुम दुध पीण की दोबारा तो लोड़ पी हुई है, कहना हम तुम समय इदा का आ गया कि तुम हम परमेश्वर के मूल मंत्रा का मुझ तुम फिर तो कोई सिखावे, क्योंकि पहला आप सीखिया नहीं, पहला आप ध्यान नहीं दिता, मगरों आके कोई बढ़ के अगे भी चला गया आया, पर असि उथे दे उथे बैठे रहे। हाँ जी पढ़िए अगे। पर गल सियाणा लई है, कहिंदा हरेक जिहड़ा दुध वरतदा आ धर्म के वचन तो की आ अनजाण आ। अगर तुसी मैच्योरिटी दे विच नहीं आया तो इहदा मतलब धार्मिक तुसी बन नहीं सकते, जब तक तुसी मैच्योर नहीं हुंदे तद तक जब तक तुसी बच्चे आ तद तक तुहाडा विआह नहीं हो सकता। और दुरे ने उन्होंने शिंगार को देखा जो आत्मक शिंगार के शिंगारियां हुई। हालेलुया। पवित्र आत्मा की अग उन्होंने अंदर बलदी सी, बाइबल कहता मशाल उन्होंने जागी दे रही, मतलब पवित्र आत्मा की अग उन्होंने अंदर बली हुई सी, लगी हुई सी, और जो दुल्हे ने देखा वो भी पंच गई। हालेलुया। कहिंदियां नूं समझ आ रही है, मैच्योर होना पैना। बाइबल कहता पंज चद्दर सीगियां ते पंज, मैं कलीसिया नाल गल करदा, पंज चद्दर सीगियां ते पंज हां भोलियां कौन बोल रहा अपने आत्मा की रक्षा करने वाली ओनू मिचोर कहते, जो अपने स्पिरिट की केयर करे। असि अपने शरीर की केयर करते हैं, नहाँदे धोंदे कि मिट्टी ना लग जाए, जो मिट्टी लगती है कि नेरी का बुला जा भी आ जाता तो फटाफट घर आके नहाने की कोशिश करते हैं, आप करते कि नहीं करते, जे मिट्टी लग जाए तो फटाफट झाड़ते हैं। यह तो होगी शरीर की केयर, हुण आत्मा की केयर आप कि करते हैं, मैं थोड़ा जो कोई दस दे कि जो बाहर फेरी जी मार के आने अखा ना पता नहीं की रंग बिरंगा देखते हैं कि कभी घर आके गोटे टीके दुआ करके क्या प्रभु मैनू क्षमा कर मैनू बल दे मेरी अखा मेरे काबू के विच हो, कभी मिट्टी झाड़ी है मनी बोलो, कभी कितने विआह शादी पार्टी से चल गए हैं जाते तुम है ही हाँ पास्टर जिन्ना मर्जी रोक लवे नचना भी होंगे ही आप तो जो कन्ना के बिच जो आप फिल्मी गाने सुने होंगे तो कभी घर आके गोडे टेक के क्या प्रभु कि प्रभु आ मेरे आत्मा के लिए ठीक नहीं है, ये मेरी मैच्योरिटी को खराब करते, मेरे दोबारा तो न्याणपुण च लैके आते, क्योंकि फीलिंग आ गई जाती है जो सैड सोंग सुनता है बंदा कि मैं सच बोलना मेरे को गल् सचिया। कभी घर आके कोठे टेक के कभी वह मिट्टी झाड़ी है, अगर तुम इदा करते हैं तो मैं तुम्हें साबित करता है कि तुम आत्मा च मैच्योर हो, अगर तुम इदा नहीं करते हैं तो यह मतलब हले भी तुम न्याणे हो। जो तुम विआह शादी पर गए हैं चाहे पवित्र आत्मा पाए हो, अगर तुम्हारी बांह फड़ के किसी ने स्टेज से जाके लै गए और तुम चल गए तो यह मतलब तुम हले न्याणे हो, तुम मैच्योर नहीं हो आत्मा के। जो कहता मुंडा मैं नहीं लैके गया, मतलब नहीं है, न्याणे हले आत्मा
अगर असि आत्मा की केयर करना जानते हैं, एक दुख तकलीफ जानते हैं, तो यह मतलब असि मैच्योर हो गए। मैं साबित करना कि तुसी मैच्योर हो गए अगर तुसी ऐसा करते हैं। अगर तुम्हें लगता है कि तुसी यारा दोस्तों के विच गए, स्कूल फ्रेंड्स के विच गए, पुराने यारा दोस्तों के नाल मिले बहुत सालों के बाद, उदो खट्टियां मिठियां गल्लां हो गई, कि हासा ठट्ठा हो गया, तो कभी वापस घर आके गोडे टेक के कहा प्रभु मेरे को कुछ मंदा भागा बोल हो गया, तो मेरे क्षमा कर। हाँ जे इदा करते हैं तो तुम मैच्योर हो। मैं साबित करता है तुम्हारी जिंदगी के उपर कि तुम मैच्योर हो गए। कभी सुबह काम से गए हैं, काम तो बाद बिजनेस से गए हैं, बिजनेस करने तो बाद फील्ड वर्क करन गए हैं, करन तो बाद घर आके शाम को कभी गोडे टेक के कहा प्रभु अगर बुरा देखा गया होगा तो क्षमा करी, बुरा बोलिया गया होगा तो क्षमा करी, किसी की बरखलाबत कर गई हो मैं क्षमा करी मेरे को, क्योंकि मैं आत्मा च मैच्योर होना चाहता तो चाहती हूँ। जो बीबिया भैन कट्ठिया होंगे तो ये चीजा अपलाई करने की जरूरत है, प्रभु मेरे को किसी की चुगली ना हो जाए। चुगली ऐसा मन में तसली नहीं देनी, प्रभु उन्हें की थी ऐसी, मैं तो सुनिया ही, मैं तो सुनिया ही, पर मैं तो नासा सुनने वाला भी उन्हें दोषी था। जिन्ना करने वाला दोषी है उन्ना ही सुनने वाला भी दोषी है, क्योंकि दिल में चंगा लगता ताइयों बैठे रहने सुनन दे, और कर और कर और कुछ अंदर लिया करना दस जड़िया किसी को ना पता है। तो जब मेरी लड़ाई हो तो फिर मैं तो भेज दे और दस। बाइबल कहना चुगली सुदरी बुरकी की तरह कितने बढ़ जाती है, सीधी ढिड बढ़ जाती रही है। तो फिर खास करके बीबिया ने माफ करना, ये मैं सियाण तो गल सीखी है, कहते भी ढिड च गल नहीं बचती। प्रोसेसर स्लो आ, हम समझ लगी उन्हें। माफ करना पर गलत सचियां है। हाँ जी, मैं फिर लेके आना है तुम्हें उसे टॉपिक के ऊपर, उसे उठे पर टून कर लेंगे फिर स्पिरिचुअल मैच्योरिटी। अगर कुछ देखिया सुनिया गया हो मंदभागा पूरा, तो खुदा दे कोलों क्षमा मंगने की जरूरत है कि प्रभु क्यों, क्योंकि वह बंदा मैच्योरिटी दे विच आना चाहता। उही परसन ऐसा करेगा जेड़ा अपने आप नूं मैच्योर करना चाहता है। पढ़िए जरा के कौन करिए, कहिंदा हरेक जिहड़ा दुध ही वरतदा है धर्म दे वचन तो अनजाण आ, इसलिए कि उह न्याणा आ। हां जी, पर अन्न सियाने लिए है, बैठे मेनु लगता लगभग सारे पता है बुरा की है चंगा की है। क्यों? क्योंकि असि रोटी खाते हैं, अन्न खाते हैं। हालेलुया, हालेलुया। ਸਾਨੂੰ ਪਤਾ ਆ ਕਿ ਬੁਰਾ ਦੇਖਣਾ ਪਾਪ ਆ, ਪਰ ਅਗਰ ਫਿਰ ਵੀ ਅਸੀਂ ਦੇਖਦੇ ਜਾਂ ਦੇਖਣ ਦੀ ਇੱਛਾ ਰੱਖਦੇ ਹਾਂ, ਇਹਦਾ ਮਤਲਬ ਅਸੀਂ ਨਿਆਣੇ ਆ ਹਜੇ, ਅਸੀਂ ਸਿਆਣੇ ਨਹੀਂ ਹੋਏ ਆਤਮਾ ਦੇ ਵਿੱਚ। ਅਸੀਂ ਸਰੀਰ ਦੇ ਸਿਆਣੇ ਹੋ ਗਏ, ਇੰਦਰੀਆਂ ਸਾਡੀਆਂ ਕੰਮ ਕਰਨੀਆਂ ਸ਼ੁਰੂ ਹੋ ਗਈਆਂ, ਸਾਨੂੰ ਸੰਸਾਰ ਦੀਆਂ ਸਰੀਰ ਦੀਆਂ ਵਿਨਾਸ਼ਾਂ ਮਾਂ ਪਰੇਸ਼ਾਨ ਕਰਨਾ ਸ਼ੁਰੂ ਕਰ ਗਈਆਂ ਆ, ਤੰਗ ਕਰਨਾ ਸ਼ੁਰੂ ਕਰ ਗਈਆਂ ਆ, ਪਰ ਸਾਨੂੰ ਆਤਮਾ ਦੇ ਵਿੱਚ ਮੈਚੋਰਿਟੀ ਦੀ ਜ਼ਰੂਰਤ ਆ, ਜਿਹੜਾ ਇਹਦੇ ਨਾਲ ਲੜਾਈ ਕਰੇ। ਬਾਈਬਲ ਕਹਿੰਦਾ ਸਰੀਰ ਆਤਮਾ ਦੇ ਤੇ ਆਤਮਾ ਸਰੀਰ ਦੇ ਵਿਰੋਧ ਦੇ ਵਿੱਚ ਆ। ਅਗਰ ਅਸੀਂ ਆਤਮਾ ਦੇ ਵਿੱਚ ਵਿਚੋਰ ਆ ਤੇ ਸਾਡਾ ਆਤਮਾ ਸਰੀਰ ਦੇ ਨਾਲ ਫਾਈਟ ਕਰਦਾ ਹੈ, ਸਰੀਰ ਦੀਆਂ ਅਭਿਲਾਸ਼ਾਵਾਂ ਦੇ ਨਾਲ ਫਾਈਟ ਕਰਦਾ। ਅਗਰ ਅਸੀਂ ਵਿਚੋਰ ਆ, ਅਗਰ ਅਸੀਂ ਵਿਚੋਰ ਰਹੇ ਆ ਤੇ ਚੱਟ ਅਸੀਂ ਸਰੀਰ ਦੀ ਗੱਲ ਮੰਨ ਲਾ ਸਕਦੇ। ਕੀ ਮੈਂ ਸੱਚ ਬੋਲਦਾ? ਹਾਂਜੀ। ਪੜ੍ਹੀਏ ਜ਼ਰਾ ਫਿਰ ਬਾਈਬਲ ਚ, ਤੁਹਾਨੂੰ ਥੋੜ੍ਹਾ ਹੋਰ ਅੱਗੇ ਰੈਫਰੈਂਸ ਦੇ ਦਿਆਂ, ਸਮਾਂ ਤਾਂ ਬਹੁਤ ਜਲਦੀ ਦੌੜ ਜਾਂਦਾ, ਮੈਨੂੰ ਸਮਝ ਨਹੀਂ ਲੱਗਦੀ। ਇਬਰਾਨੀਆਂ ਦਾ ਪੁਸਤਕ ਉਹਦਾ 6 ਨੰਬਰ ਅਧਿਆਇ, ਇੱਥੋਂ ਇੱਥੋਂ ਅਸੀਂ 6 ਨੰਬਰ ਤੇ ਚਲੇ ਜਾਣਾ ਹੈ, ਔਰ
इब्रानियां दा पुस्तक ओदा 6 नंबर अध्याय और ओदा 1 नंबर 2 नंबर और 3 नंबर पंक्ति नु जरा पढ़ना सुनो बड़े ध्यान दे नाल बाइबल कितना क्लास लगाउंदा है पुराने मसीह लोकां दी। हां जी इस कारण असि मसीह दी सिक्ख्या दी आस गल्लां छड्ड के इस कारण ਕਹਿੰਦਾ ਅਸੀਂ ਮਸੀਹ ਦੀਆਂ ਸਿੱਖਿਆ ਦੀਆਂ ਆਦ ਗੱਲਾਂ ਛੱਡ ਕੇ ਯਾਨੀ ਕਿ ਪੁਰਾਣੀਆਂ ਗੱਲਾਂ ਛੱਡ ਕੇ ਸਿਆਣਪੁਣੇ ਦੀ ਵੱਲ ਅਗਾਹ ਵੱਧਦੇ ਜਾਈਏ। ਕਹਿੰਦਾ ਹੁਣ ਸਿਆਣਪੁਣੇ ਦੀ ਗੱਲ ਵੱਲ ਵੱਧਦੇ ਜਾਈਏ ਮਤਲਬ ਹੁਣ ਬਾਰ ਬਾਰ ਯੇਸ਼ੂ ਮਸੀਹ ਦਾ ਜਨਮ ਕਿੱਦਾਂ ਹੋਇਆ ਇਹਦੇ ਬਾਰੇ ਸੋਚਣ ਦੀ ਬਜਾਏ ਹੁਣ ਅਸੀਂ ਅੱਗੇ ਵੀ ਵਧੀਏ ਬਾਈਬਲ ਚ ਹੋਰ ਵੀ ਗਿਆਨ ਆ ਬਾਈਬਲ ਦੇ ਵਿੱਚ ਵਿਸ਼ਵਾਸ ਦਾ ਵਾਅਦਾ ਕਰਨ ਦੇ ਲਈ ਬਹੁਤ ਜ਼ਿਆਦਾ ਗਿਆਨ ਆ ਬਾਈਬਲ ਚ ਸਿਰਫ ਮਤੀ ਦੀ ਅੰਜੀਲ ਪੜ੍ਹਨਾ ਕਾਫੀ ਨਹੀਂ ਹੈ। ਕਈ ਬੜੇ ਐਕਸਾਈਟਡ ਹੁੰਦੇ ਆ ਨੇ ਹੁਣ ਬਾਈਬਲ ਪੜ੍ਹਨੀਆਂ ਉਹ ਮਤੀ ਪੜ੍ਹਦੇ ਆ ਮਰਕੁਸ ਪੜ੍ਹਦੇ ਆ ਲੋਕਾਂ ਪੜ੍ਹਦੇ ਆ ਪਰ ਬ੍ਰੇਕ ਲੱਗ ਜਾਂਦੀਆਂ ਫਿਰ ਦੁਬਾਰਾ ਤੋਂ ਮਤੀ ਤੇ ਆ ਜਾਂਦੇ ਆ ਉਹ ਇਸ ਤੋਂ ਅੱਗੇ ਨਹੀਂ ਨਿਕਲ ਪਾਉਂਦੇ। ਮੈਂ ਬਥੇਰੇ ਲੋਕਾਂ ਨੂੰ ਦੇਖਿਆ ਜੇ ਕਿਤੇ ਜ਼ਿਆਦਾ ਜ਼ੋਰ ਲਾ ਕੇ ਯੂਹੰਨਾ ਤੱਕ ਪਹੁੰਚ ਵੀ ਜਾਂਦੇ ਆ ਤੇ ਫਿਰ ਦੁਬਾਰਾ ਮਤੀ ਤੇ ਆ ਜਾਂਦੇ ਆ। ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਿਹੜੇ ਰਸੂਲਾਂ ਦੇ ਕਰਤੱਵ ਕੰਮ ਸ਼ੁਰੂ ਹੀ ਉੱਥੋਂ ਹੁੰਦੇ ਆ ਜਿਹੜੇ ਅੱਗ ਲਾਉਂਦੇ ਆ ਬੰਦੇ ਦੇ ਅੰਦਰ। ਹਾਲੇਲੂਇਆ ਹਾਲੇਲੂਇਆ ਇਸ ਲਈ ਆਪਾਂ ਉੱਥੇ ਤੱਕ ਪਹੁੰਚ ਨਹੀਂ ਪਾਉਂਦੇ ਉਹਨਾਂ ਨੇ ਸਾਨੂੰ ਮੈਚੋਰ ਕਰਨਾ ਹੈ ਅੱਗੇ ਜਿਹੜੀਆਂ ਪਤਰੀਆਂ ਲਿਖੀਆਂ ਉਹਨਾਂ ਨੇ ਸਾਨੂੰ ਮੈਚੋਰ ਕਰਨਾ ਔਰ ਉੱਥੇ ਤੱਕ ਸਾਨੂੰ ਪਹੁੰਚਣ ਨਹੀਂ ਦਿੰਦਾ ਸ਼ੈਤਾਨ। ਅਸੀਂ ਮਰਕੁਸ ਪੜ੍ਹਦੇ ਆ ਮੱਤੀ ਪੜ੍ਹਦੇ ਲੂਕਾ ਪੜ੍ਹਦੇ ਯੂਹੰਨਾ ਪੜ੍ਹਦੇ ਸੇਮ ਆ ਇਹ ਸੇਮ ਆ ਕੁਛ ਥੋੜਾ ਬਹੁਤਾ ਚੇਂਜਸ ਆ ਬਟ ਜ਼ਿਆਦਾਤਰ ਸੇਮ ਹੀ ਆ ਯਿਸੂ ਮਸੀਹ ਦੇ ਬਾਰੇ ਲਿਖਿਆ ਹੋਇਆ। ਪਰ ਇਸ ਤੋਂ ਅੱਗੇ ਜਿਹੜੇ ਚੇਲਿਆਂ ਨੇ ਕੰਮ ਕੀਤੇ ਜਿਹੜੇ ਅਸੀਂ ਹੁਣ ਕਰਦੇ ਹਾਂ ਇਹ ਉਹ ਗੱਲਾਂ ਆਪਾਂ ਨੂੰ ਉਹਦੇ ਵਿੱਚੋਂ ਸਿੱਖਣ ਨੂੰ ਮਿਲਣੀਆਂ ਤੇ ਉਹਨੇ ਤੁਹਾਨੂੰ ਮਿਚੋਰ ਕਰਨਾ ਹੈ। ਹਾਲੇਲੂਇਆ ਹਾਲੇਲੂਇਆ ਇੱਕ ਵਾਰ ਜਦੋਂ ਮੈਂ ਮੀਟਿੰਗ ਤੇ ਗਿਆ ਜਦੋਂ ਮੈਂ ਤੁਹਾਡੀ ਜਗ੍ਹਾ ਤੇ ਸੀਗਾ ਆਈ ਥਿੰਕ 2002-3 ਦੀ ਗੱਲ ਹੋਗੀ ਜਾਂ 5-6 ਦੀ ਗੱਲ ਹੋਗੀ ਜਾਂ 2005-6 ਦੀ ਗੱਲ ਹੋਣੀ ਹੈ ਮੈਨੂੰ ਲੱਗਦਾ। ਔਰ ਕੀ ਹੋਇਆ ਇੱਕ ਨਾ ਮੀਟਿੰਗ ਹੋਈ ਇੱਥੇ ਕੈਨੇਡਾ ਦੇ ਵਿੱਚ ਔਰ ਉੱਥੇ ਪਾਸਟਰ ਬਾਹਰੋਂ ਆਏ ਹੋਏ ਸੀ। ਮੈਂ ਉਦੋਂ ਫਿਰ ਆਤਮਾ ਦੇ ਵਿੱਚ ਜ਼ਰਾ ਸ਼ੁਰੂਆਤ ਕੀਤੀ ਹੋਈ ਸੀ ਔਰ ਮੈਂ ਬਹੁਤ ਪਿਆਸਾ ਸੀਗਾ ਪਵਿੱਤਰ ਆਤਮਾ ਨੂੰ ਹਾਸਲ ਕਰਨ ਦੇ ਲਈ। ਖੁਦਾ ਗਵਾਹ ਆ ਤੁਸੀਂ ਤਾਂ ਭੁੰਨੇ ਜਿਹੇ ਬਣ ਕੇ ਬੈਠੇ ਹੋਏ ਨਾ ਜਿਹਨਾਂ ਨੂੰ ਮਿਲਦਾ ਨਹੀਂ ਪਰ ਮੈਂ ਜ਼ੋਰ ਬਹੁਤ ਲਾਇਆ ਪਵਿੱਤਰ ਆਤਮਾ ਨੂੰ ਹਾਸਲ ਕਰਨ ਦੇ ਲਈ। ਮੈਨੂੰ ਇੱਕ ਪਿਆਸ ਸੀਗੀ ਇੱਕ ਤੜਫ ਸੀਗੀ ਕਿ ਮੈਂ ਪਵਿੱਤਰ ਆਤਮਾ ਨੂੰ ਹਾਸਲ ਕਰਨਾ ਆ ਚਾਹੇ ਜਿੱਦਾਂ ਮਰਜ਼ੀ ਔਰ ਮੈਂ ਜ਼ਿਆਦਾ ਬਾਈਬਲ ਨੂੰ ਪੜ੍ਹਨਾ 4-4 ਪੁਸਤਕਾਂ ਪੜ੍ਹਦਾ ਹੁੰਦਾ ਸੀ ਇੱਕ ਦਿਨ ਦੇ ਵਿੱਚ ਔਰ ਤੁਹਾਡੇ ਕੋਲ 5 ਅਧਿਆਏ ਨਹੀਂ ਪੜ੍ਹ ਹੁੰਦੇ। ਏਦਾਂ ਤਲਬ ਸੀਗੀ ਮੈਨੂੰ ਪਰਮੇਸ਼ਵਰ ਦੇ ਕੋਲੋਂ ਕੁਝ ਹਾਸਲ ਕਰਨ ਦੀ ਔਰ ਮੀਟਿੰਗ ਤੇ ਮੈਨੂੰ ਇੱਕ ਮਿਰਾਤਮਕ ਭਰਾ ਲੈ ਗਿਆ ਉਹ ਅੱਜ ਦੁਬਈ ਬੈਠਾ ਹੋਇਆ ਹੈ ਔਰ ਉਹ ਮੇਰੇ ਤੋਂ ਜ਼ਿਆਦਾ ਆਤਮਕ ਸੀਗਾ ਉਦੋਂ ਖੁਦਾ ਦੀਆਂ ਗੱਲਾਂ ਉਹਦੇ ਨਾਲ ਹੁੰਦੀਆਂ ਸੀਗੀਆਂ ਔਰ ਉਹ ਮੈਨੂੰ ਲੈ ਗਿਆ ਤੇ ਜਦੋਂ ਅਸੀਂ ਉੱਥੇ ਪਹੁੰਚੇ ਤੇ ਜਦੋਂ ਮੇਰੇ ਮੀਟਿੰਗ ਹੋਈ ਵਰਸ਼ਿਪ ਹੋਈ ਪ੍ਰਚਾਰ ਹੋਇਆ ਉਸ ਤੋਂ ਬਾਅਦ ਜਦੋਂ ਪ੍ਰਾਰਥਨਾ ਦਾ ਵੇਲਾ ਆਇਆ ਮੈਂ ਕਿਹਾ ਵੀ ਪ੍ਰਾਰਥਨਾ ਕਰਾਉਣੀ ਲਾਈਨ ਚ ਲੱਗੇ ਪ੍ਰਾਰਥਨਾ ਕਰਾਈ ਔਰ ਮਾਸਟਰ ਜੀ ਕਹਿੰਦੇ ਤੁਸੀਂ ਕਾਹਦੇ ਲਈ ਪ੍ਰਾਰਥਨਾ ਕਰਨੀ ਆ ਮੈਂ ਕਿਹਾ ਵੀ ਮੈਂ ਪਵਿੱਤਰ ਆਤਮਾ ਲੈਣਾ ਚਾਹੁੰਦਾ ਹਾਂ ਮੈਂ ਇਸ ਕਰਕੇ ਪ੍ਰਾਰਥਨਾ ਕਰਾਉਣ ਦੇ ਲਈ ਤੁਹਾਡੇ ਸਾਹਮਣੇ ਆਇਆ ਔਰ ਉਹ ਜਿੱਦਾਂ ਹੀ ਮੇਰੇ ਤੇ ਹੱਥ ਰੱਖਣ ਲੱਗੇ ਕਿਸੇ ਚ ਦੁਸ਼ਟ ਆਤਮਾ ਜ਼ਾਹਿਰ ਹੋ ਗਿਆ ਉਹ ਪਰੇ ਖੜਾ ਬੰਦਾ ਪਰੇ ਖੜਾ ਉਹ ਚ ਦੁਸ਼ਟ ਆਤਮਾ ਜ਼ਾਹਿਰ ਹੋ ਗਿਆ ਤੇ ਚਲੋ ਜੀ ਛੋਟੀ ਜੀ ਉਹਨਾਂ ਨੇ ਦੁਆ ਕਰ ਦਿੱਤੀ ਤੇ ਚਲੋ ਪਰ ਮੈਨੂੰ ਤਸੱਲੀ ਨਹੀਂ ਹੋਈ ਜਦੋਂ ਫਿਰ ਉਹਦੇ ਕੋਲ ਉਹਦੇ ਲਈ ਦੁਆ ਦੂ ਕਰਕੇ ਜਦੋਂ ਵਿਹਲੇ ਹੋਏ ਮੈਂ ਫਿਰ ਗਿਆ ਉਹਨਾਂ ਦੇ ਸਾਹਮਣੇ ਮੈਂ ਕਿਹਾ ਮੇਰੇ ਲਈ ਦੁਆ ਕਰ ਦਿਓ ਕਹਿੰਦੇ ਦੁਆ ਹੋ ਨਹੀਂ ਗਈ ਸੀ ਤੁਹਾਡੇ ਲਈ ਮੈਂ ਕਿਹਾ ਨਹੀਂ ਜੀ ਉੱਧਰ ਦੁਸ਼ਟ ਆਤਮਾ ਆ ਗਿਆ ਸੀ ਮੈਂ ਕਿਹਾ ਤਾਂ ਕਰਕੇ ਦੁਆ ਹੋਈ ਤੇ ਉਹਨਾਂ ਨੇ ਦੁਆ ਕੀਤੀ ਔਰ ਰੱਬ ਦੇ ਕੋਲੋਂ ਆਵਾਜ਼ ਉਹਨਾਂ ਨੂੰ ਆਈ ਤੇ ਉਹਨਾਂ ਨੇ ਮੈਨੂੰ ਦੱਸਿਆ ਕਹਿੰਦੇ ਤੁਸੀਂ ਰਸੂਲਾਂ ਦੇ ਕਰਤੱਵ ਪੜ੍ਹਨੇ ਸ਼ੁਰੂ ਕਰ ਦਿਓ ਇਹ ਪੁਸਤਕ ਪੜ੍ਹਦੇ ਪੜ੍ਹਦੇ ਤੁਹਾਨੂੰ ਪਵਿੱਤਰ ਆਤਮਾ ਮਿਲ ਜਾਏਗਾ ਔਰ ਤੁਸੀਂ ਯਕੀਨ ਮੰਨਿਓ ਕਿ ਮੈਂ ਜਦੋਂ ਰਸੂਲਾਂ ਦੇ ਕਰਤੱਵ ਪਰ ਇਹਦੇ ਤੋਂ ਕਿ ਕੰਮ ਜਦੋਂ ਪੜ੍ਹਨੇ ਸ਼ੁਰੂ ਕੀਤੇ ਔਰ ਬੁੱਕ ਹਲੇ ਖਤਮ ਨਹੀਂ ਹੋਈ ਸੀ ਤੇ ਰੱਬ ਦਾ ਬੰਦਾ ਪਵਿੱਤਰ ਆਤਮਾ ਨਾਲ ਭਰ ਗਿਆ ਸੀ ਹਾਲੇਲੂਇਆ
हालेलुया। जिन्हों जिन्ना औखा मिलिया होंदा ना कुछ ओदी उन्नी कदर करदा, और जिन्हों ईजी मिलिया होंदा ना वो फिर कदर भी घट ही करता। मैनू आशीष भी देखता कि चला गया मास्टर दी नजर सारिया ते सियान पुणे दी वल अदाहां नूं वधदे जाइए। हांजी कलीसिया दे नाल आ,
टीम दे नाल आ सारे दे सहयोग दे नाल आ बोलो हालेलुया हालेलुया। और बाइबल कहता है हुण असीं मैच्योरिटी दे विच आईए तां जो मसीह दी जिहड़ी देह आ सेवकाई दा जिहड़ा काम आ उह उसरदा जावे वधदा चला जावे। तुहानूं साथ देण दी जरूरत आ। हांजी खुदा जानते जाइए वचन जानते जाइए भेद दिया गलां जानते जाइए खोलते जाइए जो साडे नुकसान आ असीं उहदे बारे ज्ञान लेंदे जाइए और जिहड़ियां गल्लां चंगीआं आ उहनां दे वल वी ध्यान दिंदे जाइए। बोलो हालेलुया हालेलुया। कहिंदा जिहड़ा साडा सिर आ अर्थात मसीह उहदे विच कहिंदा हर तरह दे नाल वधदे जाइए। हांजी जिदा सारी दे हरेक जोड़ की मदद दे नाल ठीक ठीक जुड़ के अते एक संग मिल के एक एक अंग दे वल काम करन दे अनुसार अपने आप नू वधाई जांदी आ भई उस प्रेम विच अपनी उसारी करे। बोलो हालेलुया हालेलुया। सानू वी वधन दी जरूरत आ। बाइबल कहिंदा अपने अगुवे दे आज्ञाकार रहो ते उहनां दी निस्सा दी की करो उहनां दी निस्सा दी की करो उहनां दा खुदा दे नाल संबंध कीता दा खुदा दे नाल प्यार कीता दा उहदी रीस करो जदों उह मैच्योर आ तुहानूं वी जरूरत आ मैच्योर होण दी उहनां वल देखो और खुद नूं मैच्योर करन दी कोशिश करो। कहिंदा जिदां शरीर दे नाल सारे अंग जुड़दे आ और अपना अपना काम करना शुरू करदे आ इदां कहिंदा असीं आत्मा दे विच वी मसीह दे विच इक शरीर आ और तुसीं देखो तुसीं कहिड़ा हिस्सा आ और मिलो ते खुदा दा काम करना शुरू करो। मैच्योर बंदे दा काम आ इह ਜਿਹੜਾ ਮਚੋਰ ਨਹੀਂ ਆ ਉਹਨੂੰ ਆਪਾਂ ਕੋਈ ਜ਼ਿੰਮੇਵਾਰੀ ਦੇ ਸਕਦੇ ਨਹੀਂ ਕਿ ਤੁਸੀਂ ਦੇ ਸਕਦੇ ਆ ਕਿ ਕੋਈ ਮਚੋਰ ਨਹੀਂ ਆ ਕੋਈ ਬੱਚਾ ਆ ਕਿ ਉਹਨੂੰ ਤੁਸੀਂ ਕੋਈ ਜ਼ਿੰਮੇਵਾਰੀ ਦੇ ਸਕਦੇ ਆ ਨਹੀਂ ਕਿਦਾਂ ਕੋਈ ਕਿਉਂਕਿ ਉਹ ਨਿਆਣਾ ਆ ਬੱਚਾ ਆ ਉਹ ਆਪਾਂ ਸਿਆਣੇ ਬੰਦੇ ਨੂੰ ਜ਼ਿੰਮੇਵਾਰੀ ਦੇ ਦੇਵਾਂਗੇ ਔਰ ਅਸੀਂ ਬੇਫਿਕਰ ਹੋ ਜਾਵਾਂਗੇ ਔਰ ਸਾਨੂੰ ਵਿਸ਼ਵਾਸ ਹੁੰਦਾ ਕਿ ਉਹ ਬੰਦੇ ਨੇ ਉਹ ਕੰਮ ਉਹਦਾ ਜਿੰਨਾ ਗਿਆ ਉਹਦਾ ਉਹਨੇ ਕਰ ਦੇਣਾ ਆ ਇਦਾਂ ਖੁਦਾਵੰਦ ਵੀ ਤੁਹਾਡੇ ਲਈ ਬੇਫਿਕਰ ਹੋ ਜਾਵੇ ਕਿ ਹਾਂ ਮੈਂ ਉਹਨੂੰ ਇਹ ਕੰਮ ਦੇ ਦਿੱਤਾ ਉਹਨੂੰ ਮੈਂ ਪਵਿੱਤਰ ਆਤਮਾ ਦੇ ਦਿੱਤਾ ਆ ਹੁਣ ਉਹਦੀ ਕਦਰ ਕਰੇਗਾ ਉਹਦੇ ਅਨੁਸਾਰ ਚੱਲੂਗਾ ਉਹਦੀ ਆਵਾਜ਼ ਨੂੰ ਸੁਣੂਗਾ ਔਰ ਆਪਣੀ ਤਰੱਕੀ ਕਰੂਗਾ। ਬੋਲੋ ਹਾਲੇਲੂਇਆ 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 ਹਾਲੇਲੂਇਆ। ਇਹਨੇ ਸਮਝ ਪਾ ਲਿਆ ਸਮਝ ਆ ਰਹੀ ਆ ਓਕੇ ਟੂ ਬੀ ਕੰਟੀਨਿਊ ਅੱਗੇ ਪੜ੍ਹੀਏ ਜ਼ਰਾ ਮੇਰੇ ਨਾਲ ਪਹਿਲਾ ਤਿਮੋਥਿਓਸ ਦਾ ਪੁਸਤਕ ਦਾ 4 ਨੰਬਰ ਅਧਿਆਇ ਹੁਣ ਬਾਈਬਲ ਦੇ ਆਪਾਂ ਨਿਚੋੜ ਤੱਕ ਪਹੁੰਚ ਗਏ ਅੱਜ ਦੇ ਵਚਨ ਦੇ ਵਿੱਚ ਤਿਮੋਥਿਓਸ ਦਾ ਪੁਸਤਕ ਪਹਿਲਾ चार ਨਿਸ਼ਚਾ ਕਰਨ ਦੇ ਵਿੱਚ ਪਵਿੱਤਰਤਾਈ ਦੇ ਵਿੱਚ ਨਮੂਨਾ ਬਣੀ ਇੱਕ ਨਮੂਨਾ ਬਣਨਾ ਯਾਨੀ ਕਿ ਮਚੋਰ ਹੋਣਾ ਆ ਹੁਣ ਤੂੰ ਇਹ ਸੰਤ ਪੌਲ ਤਿਮੋਥਿਓਸ ਨੂੰ ਆਖਦੇ ਆ ਕਹਿੰਦੇ ਹੁਣ ਤੂੰ ਪ੍ਰਚਾਰ ਕਰਨ ਲੱਗ ਗਿਆ ਆ ਹੁਣ ਤੂੰ ਰੱਬ ਦਾ ਕੰਮ ਕਰਨ ਲੱਗ ਗਿਆ ਆ ਪਰ ਤੈਨੂੰ ਹੁਣ ਮਚੋਰਿਟੀ ਦੇ ਵਿੱਚ ਵੀ ਆਉਣ ਦੀ ਜ਼ਰੂਰਤ ਆ ਹੁਣ ਕਹਿੰਦਾ ਤੂੰ ਕੀ ਕਰਨਾ ਆ ਤੇਰੀ ਜਵਾਨੀ ਦੇ ਉੱਪਰ ਕੋਈ ਉਂਗਲ ਨਾ ਚੱਕ ਲਵੇ ਤੇਰੀ ਜਵਾਨੀ ਨੂੰ ਕਹਿੰਦਾ ਕੋਈ ਤੁੱਛ ਨਾ ਜਾਣੇ ਕਹਿੰਦਾ ਤੂੰ ਨਿਸ਼ਚਵਾਨਾਂ ਦੇ ਲਈ ਚਾਲ ਚੱਲਣ ਦੇ ਵਿੱਚ ਵਚਨ ਦੇ ਵਿੱਚ ਪਵਿੱਤਰਤਾਈ ਦੇ ਵਿੱਚ ਇੱਕ ਅੱਛਾ ਕੀ ਕਰਨਾ ਆ ਨਮੂਨਾ ਬਣਨਾ ਮਚੋਰ ਬਣ ਕੇ ਦਿਖਾਣਾ ਆ ਜੇ ਰੱਬ ਨੇ ਤੈਨੂੰ ਚੁਣ ਲਿਆ ਪਰਿਵਾਰ ਚੋਂ ਅਲੱਗ ਕਰ ਲਿਆ ਸੰਗਤ ਚੋਂ ਅਲੱਗ ਕਰ ਲਿਆ ਆ ਯਾਰਾਂ ਦੋਸਤਾਂ ਚੋਂ ਅਲੱਗ ਕਰ ਲਿਆ ਤੇ ਕਹਿੰਦਾ ਹੁਣ ਮਚੋਰ ਬਣ ਕੇ ਦਿਖਾ ਬੋਲੋ ਹਾਲੇਲੂਇਆ 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 ਕਿੰਨੇ ਸਮਝ ਪਾ ਰਹੇ ਆ ਸਮਝ ਆ ਰਹੀ ਹੈ ਕਹਿੰਦਾ ਹੁਣ ਮਚੋਰ ਬਣ ਕੇ ਦਿਖਾ ਕਹਿੰਦਾ ਹੁਣ ਹਾਂਜੀ ਅੱਗੇ ਪੜੋ ਜ਼ਰਾ ਜਦ ਤੀਕਰ ਮੈਂ ਨਾ ਆਵਾਂ ਜਦ ਤੀਕਰ ਕਹਿੰਦਾ ਮੈਂ ਨਾ ਆਵਾਂ ਤੂੰ ਪੜ੍ਹਾਈ ਕਰ
पढ़ाई करन दे विच उपदेश करन अते सिक्ख्या देन विच लगा रहे उपदेश करन और सिक्ख्या देन दे विच कहता लगा रहे पॉल कहता जब तक मैं ना तेरे कोल आवां तू पढ़ाई भी करी चल ज्ञान भी ले नहीं चल और जो ले रहे हैं या जो हासिल कर रहे हैं बंडी भी जा और सिक्ख्या देन च भी कहता लगा रही हां जी तू उस्ताद दी बेपरवाही ना कर कहता तू उस तोहफे दी बेपरवाही ना कर ਜਿਹੜਾ ਖੁਦਾਵੰਦ ਦੇ ਕੋਲੋਂ ਤੈਨੂੰ ਮਿਲਿਆ ਆ ਕਿੱਦਾਂ ਮਿਲਿਆ ਆ ਹਾਂਜੀ ਪੜ੍ਹੀਏ ਜੋ ਤੇਰੇ ਵਿੱਚ ਹੈ ਜੋ ਤੇਰੇ ਵਿੱਚ ਆ ਜਿਹੜੀ ਅਗਾਮ ਵਾਕ ਦੇ ਰਾਹੀਂ ਪਹਿਰਾ ਦੇ ਹੱਥ ਰੱਖਣ ਨਾਲ ਦੇਣ ਦਿੱਤੀ ਗਈ ਹੈ ਜਿਹੜਾ ਅਗਾਮ ਵਾਕ ਦੇ ਰਾਹੀਂ ਪਹਿਰਾ ਦੇ ਹੱਥ ਰੱਖਣ ਦੇ ਨਾਲ ਤੈਨੂੰ ਦਿੱਤੀ ਗਈ ਆ ਇਹਨਾਂ ਗੱਲਾਂ ਦਾ ਉਦਮ ਕਰ ਇਹਨਾਂ ਗੱਲਾਂ ਦਾ ਕਹਿੰਦਾ ਉਦਮ ਕਰੀ ਇਹ ਤਿਮੋਥਿਉਸ ਨੂੰ ਆਖਦਾ ਤਾਂ ਮੈਚੋਰਿਟੀ ਕਿੱਦਾਂ ਹੋਣੀ ਹੈ ਮੈਚੋਰ ਕਿੱਦਾਂ ਬਣਨਾ ਆ ਪੌਲ ਸਿਖਾ ਰਿਹਾ ਹੈ ਆਓ ਉਦੋਂ ਤਿਮੋਥਿਉਸ ਨੂੰ ਕਹਿ ਰਿਹਾ ਅੱਜ ਤੁਹਾਨੂੰ ਤੇ ਮੈਨੂੰ ਕਹਿ ਰਿਹਾ ਖੁਦਾ ਦਾ ਬਚਨ ਕਿ ਅਸੀਂ ਕਿੱਦਾਂ ਮਚੋਰ ਹੋਣਾ ਆ ਜਦੋਂ ਸਾਡੀ ਜਵਾਨੀ ਨੂੰ ਕੋਈ ਤੁੱਛ ਨਹੀਂ ਜਾਣੂਗਾ ਸਾਡੀ ਨਿਸ਼ਾ ਅਸੀਂ ਨਿਸ਼ਾ ਦੇ ਵਿੱਚ ਚਾਲ ਚੱਲਣ ਦੇ ਵਿੱਚ ਪ੍ਰੇਮ ਕਰਨ ਦੇ ਵਿੱਚ ਨਿਸ਼ਾ ਕਰਨ ਚ ਪਵਿੱਤਰਤਾਈ ਦੇ ਵਿੱਚ ਜਦੋਂ ਅਸੀਂ ਮਚੋਰ ਹੋ ਗਏ ਆ ਤੇ ਕੋਈ ਸਾਡੇ ਉੱਪਰ ਉਂਗਲੀ ਨਹੀਂ ਚੁੱਕ ਸਕਦਾ ਬਾਬਾ ਹਾਲੇਲੂਇਆ 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 ਔਰ ਕਹਿੰਦਾ ਜਿਹੜੀ ਦਾਤ ਤੇ ਗਿਫਟ ਜਿਹੜਾ ਖੁਦਾਵੰਦ ਦੇ ਕੋਲੋਂ ਮਿਲਿਆ ਉਹਦੀ ਬੇਪਰਵਾਹੀ ਨਾ ਕਰੀ ਜਿਦਾ ਅੱਜ ਦਾ ਇਨਸਾਨ ਬੇਪਰਵਾਹੀ ਕਰਦਾ ਹੈ ਜਿਹਨੂੰ ਪਵਿੱਤਰ ਆਤਮਾ ਆਸਾਨੀ ਦੇ ਨਾਲ ਮਿਲਦਾ ਹੈ ਉਹਦੀ ਕਦਰ ਨਹੀਂ ਕਰਦਾ ਪਵਿੱਤਰ ਆਤਮਾ ਆਪਣੇ ਜ਼ੋਰ ਦੇ ਨਾਲ 6-7 ਮਹੀਨੇ ਉਹਨੂੰ ਚਲਾ ਲੈਂਦਾ ਆ ਤੇ ਜਦੋਂ ਉਹਦੀ ਵਾਰੀ ਆਉਂਦੀ ਆ ਚਲਾਉਂਦੀ ਉਦੋਂ ਉਹ ਕਮਜ਼ੋਰ ਪੈਂਦਾ ਦਿਖਦਾ ਆ ਪਾਪ ਦੇ ਉੱਪਰ ਜਿੱਤ ਨਹੀਂ ਪ੍ਰਾਪਤ ਕਰ ਪਾਉਂਦਾ ਹੈ ਪਵਿੱਤਰ ਆਤਮਾ ਨੂੰ ਸ਼ੋਕਿਤ ਕਰਦਾ ਆਪਣੀ ਜ਼ਿੰਦਗੀ ਤੋਂ ਇਹ ਨਾ ਜਿਹੜਾ ਮਚੋਰ ਹੋਇਆ ਉਹਦੀਆਂ ਨਿਸ਼ਾਨੀਆਂ ਆ ਟਾਈਮ ਪਾਸ ਕਰਨ ਵਾਲੇ ਕ੍ਰਿਸਚਨ ਦੀਆਂ ਨਿਸ਼ਾਨੀਆਂ ਆ ਪਰ ਆਪਾਂ ਟਾਈਮ ਪਾਸ ਕਰਨ ਵਾਲੇ ਕ੍ਰਿਸਚਨ ਬਣਨਾ ਮਚੋਰ ਬਣਨਾ ਹੈ ਸਿਆਣੇ ਬਣਨਾ ਹੈ ਹਾਂਜੀ ਅੱਗੇ ਕੀ ਕਹਿੰਦਾ ਆ ਇਹਨਾਂ ਗੱਲਾਂ ਦਾ ਉਦਮ ਕਰ ਇਹਨਾਂ ਵਿੱਚ ਲੱਗਾ ਰਹਿ ਇਹਨਾਂ ਗੱਲਾਂ ਦੇ ਵਿੱਚ ਲੱਗਾ ਰਹਿ ਮਤਲਬ ਰੁੱਝਿਆ ਰਹਿ ਭਈ ਤੇਰੀ ਤਰੱਕੀ ਸਭਨਾ ਉੱਤੇ ਪ੍ਰਗਟ ਹੋਵੇ ਭਈ ਤੇਰੀ ਤਰੱਕੀ ਕਿਹਨਾਂ ਦੇ ਉੱਤੇ ਸਭਨਾ ਸਮਝ ਆਈ ਕੁਛ ਯਾਨੀ ਕਿ ਤੇਰੀ ਮੈਚੋਰਿਟੀ ਜਿਹੜੀ ਆ ਦਿਖਣੇ ਚਾਹੀਦੀ ਜਿੱਦਾਂ ਪਾਪ ਸਾਡਾ ਦਿਖ ਪੈਂਦਾ ਹੈ ਸਾਡੇ ਗਲਤ ਕੰਮ ਜਿੱਦਾਂ ਉਹਨੂੰ ਬੰਦਾ ਕਹਿੰਦਾ ਉਹ ਲੈ ਕੇ ਗਈ ਮੈਨੂੰ ਦੇਖ ਪਿਆ ਕਿ ਨਹੀਂ ਦੇਖ ਪਿਆ ਪਤਾ ਲੱਗ ਗਿਆ ਕਿ ਨਹੀਂ ਪਤਾ ਲੱਗ ਗਿਆ ਨਿਆਣਪੁਣੇ ਦੀਆਂ ਗੱਲਾਂ ਤੇ ਸਿਆਣਪੁਣੇ ਦੀਆਂ ਗੱਲਾਂ ਤੁਹਾਡੀ ਮੈਚੋਰਿਟੀ ਦੀਆਂ ਗੱਲਾਂ ਵੀ ਫਿਰ ਏਦਾਂ ਹੀ ਪਤਾ ਲੱਗਣੇ ਚਾਹੀਦੇ ਏਦਾਂ ਪਤਾ ਲੱਗਣੇ ਚਾਹੀਦੇ ਆ ਕਹਿੰਦਾ ਇਹਦੇ ਵਿੱਚ ਰੁੱਝਿਆ ਰਹਿ ਇਹਨਾਂ ਗੱਲਾਂ ਦੇ ਵਿੱਚ ਗਿਆਨ ਲੈਂਦਾ ਚਲਾ ਜਾ ਉਹਨਾਂ ਦੀ ਕਦਰ ਕਰ ਹਾਂਜੀ ਅੱਗੇ ਕੀ ਲਿਖਿਆ ਆ ਕਹਿੰਦਾ ਤੇਰੀ ਤਰੱਕੀ ਹੋਵੇ ਤਾਂ ਜੋ ਸਾਰਿਆਂ ਦੇ ਉੱਪਰ ਤੇਰੀ ਤਰੱਕੀ ਪ੍ਰਗਟ ਹੋਵੇ ਹਾਂਜੀ ਆਪਣੇ ਆਪ ਦੀ ਅਤੇ ਆਪਣੀ ਸਿੱਖਿਆ ਦੀ ਰਾਖੀ ਕਰ ਆਪਣੇ ਆਪ ਦੀ ਔਰ ਆਪਣੀ ਸਿੱਖਿਆ ਦੀ ਕੀ ਕਰ ਰਾਖੀ ਕਰ ਸੁਣੋ ਇੱਕ ਹੋਰ ਗੱਲ ਤੁਹਾਨੂੰ ਦੱਸਦਾ ਹਾਂ ਸਿਖਾਉਂਦਾ ਹਾਂ ਕਹਿੰਦਾ ਆਪਣੇ ਆਪ ਦੀ ਔਰ ਆਪਣੀ ਸਿੱਖਿਆ ਦੀ ਕੀ ਕਰ ਕਿੱਦਾਂ ਕਰੋਗੇ ਸਿੱਖਿਆ ਦੀ ਰਾਖੀ ਦੱਸੋ ਗਿਆਨ ਕਿਸੇ ਦਾ ਕੋਈ ਹੋ ਸਕਦਾ ਦੱਸੋ ਹਾਂ ਬੋਲੋ ਕੋਈ ਗਿਆਨ ਕਿਸੇ ਦਾ ਹੋ ਸਕਦਾ ਜੋ ਤੁਸੀਂ ਪੜ੍ਹ ਕੇ ਯਾਦ ਕੀਤਾ ਕਿ ਮੈਂ ਤੁਹਾਨੂੰ ਭੁਲਾ ਸਕਦਾ ਬੰਦਾ ਹਾਂ ਹੋ ਸਕਦਾ ਇਹ ਤਾਂ ਪੋਸੀਬਲ ਹੈ ਕਿ ਕਿ ਜੋ ਆਪਾਂ ਯਾਦ ਕੀਤਾ ਕੋਈ ਆ ਕੇ ਕਹੇ ਜੀ ਆ ਲਓ ਜੀ ਰੇਜ਼ਰ ਲਓ ਜੀ ਮਟੇਤਾ ਜੀ ਸਾਰਾ ਮੈਂ ਹਾਂ ਹੁਣ ਦੱਸੋ ਤੁਹਾਨੂੰ ਯਾਦ ਆ ਕਿ ਨਹੀਂ ਇਹਦਾ ਹੋ ਸਕਦਾ ਨਹੀਂ ਹੋ ਸਕਦਾ ਪੌਲ ਕਹਿੰਦਾ ਆ ਕਹਿੰਦਾ ਆਪਣੇ ਆਪ ਦੀ ਔਰ ਆਪਣੀ ਸਿੱਖਿਆ ਦੀ ਕੀ ਗੱਲ ਹੈ ਜਿਹੜਾ ਗਿਆਨ ਬਿਨਾ ਪ੍ਰਾਰਥਨਾ ਦੇ ਲਿਆ ਜਾਂਦਾ ਹੈ ਨਾ ਉਹ ਮਤ ਮਾਰ ਲੈਂਦਾ ਬੰਦੇ ਦੀ ਮੇਰੀ ਗੱਲ ਯਾਦ ਰੱਖਣਾ ਜਿਹੜਾ ਕੱਲਾ ਹੀ ਗਿਆਨ ਲੈਣ ਦੀ ਕੋਸ਼ਿਸ਼ ਕਰਦਾ ਆ ਉਹ ਮਤ ਮਾਰ ਲੈਂਦਾ ਬੰਦੇ ਦੀ ਔਰ ਉਹਦੇ ਨਾਲ ਅਧੀਨਗੀ ਦਾ ਹੋਣਾ ਔਰ ਪ੍ਰਾਰਥਨਾ ਦਾ ਹੋਣਾ ਬਹੁਤ ਜ਼ਰੂਰੀ ਆ ਇਸੇ ਲਈ ਉਹਨੇ ਕਿਹਾ ਆ ਕਹਿੰਦਾ ਆਪਣੇ ਆਪ ਦੀ ਔਰ ਆਪਣੀ ਸਿੱਖਿਆ ਦੀ ਕੀ ਕਰ ਤੁਸੀਂ ਕਈ ਬੰਦੇ ਦੇਖੇ ਹੋਣਗੇ ਬਹੁਤ ਆਤਮਕ ਹੋਣਗੇ ਪਰ ਅੱਜ ਭੱਠਾ ਬੈਠਾ ਗਿਆ ਤੁਸੀਂ ਦੇਖੇ ਹੋਣਗੇ ਕਾਰਨ ਇਹ ਹੈ ਕਿ ਜਿਹੜਾ ਗਿਆਨ ਹਾਸਲ ਕੀਤਾ ਇਹਦੇ ਨਾਲ ਪ੍ਰਾਰਥਨਾ ਦੀ ਜ਼ਰੂਰਤ ਆ ਔਰ ਜਦੋਂ ਪ੍ਰਾਰਥਨਾ ਘਟੀ ਤੇ ਸਮਝੋ ਦੁਰਘਟਨਾ ਘਟ ਗਈ ਇਹਦਾ ਗਿਆਨ ਲੈਣਾ ਖਾਲੀ ਗਿਆਨ ਨਹੀਂ ਲੈ ਸਕਦਾ ਬੰਦਾ ਜਿਹੜਾ ਖਾਲੀ ਗਿਆਨ ਲੈਂਦਾ ਉਹਦੀ ਮੱਤ ਮਰ ਜਾਂਦੀ ਹੈ ਬਾਈਬਲ ਕਹਿੰਦਾ ਜਦੋਂ ਬੰਦਾ ਬੁਰੀਆਂ ਸੋਚਾਂ ਸੋਚਦਾ ਉਲਟ ਪੁਲਟ ਸੋਚਾਂ ਸੋਚਦਾ ਆ ਸੋਚਦਾ ਹੀ ਰਹਿੰਦਾ ਆ ਤੇ ਪਰਮੇਸ਼ਵਰ ਫਿਰ ਉਹਨੂੰ ਦੇ ਬਸ ਕਰ ਦਿੰਦੇ ਆ ਵੀ ਜਾ ਹੁਣ ਸੋਚੀ ਜਾ ਇਸ ਕਰਕੇ ਗਿਆਨ ਲੈਣਾ ਔਰ ਸਿੱਖਿਆ ਲੈਣੀ ਔਰ ਇਹਦੀ ਰਾਖੀ ਵੀ ਕਰਨੀ ਬਹੁਤ ਜ਼ਰੂਰੀ ਹੈ ਰਾਖੀ ਤੁਸੀਂ ਪ੍ਰਾਰਥਨਾ ਦੇ ਦੁਆਰਾ ਕਰ ਸਕਦੇ ਆ ਕਿਉਂਕਿ ਪ੍ਰਾਰਥਨਾ ਤੁਹਾਨੂੰ ਅਧੀਨ ਕਰਦੀ ਹੈ ਪਰਮੇਸ਼ਵਰ ਦੇ
अपने आप की अपनी शिक्षा की कहना की कर राखी कर इन गलों पक्का रह क्यों जो तू ये करके नाले अपने आप नाले अपने सुनने वाले की करेगा जो ज्ञान आप ले रहे प्रार्थना के द्वारा अपने अंदर बना के रखना जो वचन टाइम सिर याद ना आवे तो वचन पढ़े का और सुने का कोई फायदा नहीं है मेरी गल याद रख जे तुसी विचोर नहीं ना होंगे मेरी गल याद रखना वचन सुनो बड़े ध्यान दे नाल अगर आज भी तुसी वचन सुनने तो बाद अपने आप को मिचोर करने की कोशिश नहीं करोगे रोटी खाने वाले नहीं बनोगे तो देख लेना फिर नुकसान की होगा। हाँ जी पढ़िए जरा अपने आप को परमेश्वर के अगे परवान अपने आप को परमेश्वर के अगे परवान अजिहा कारीगर ठहराउण का यतन कर परमेश्वर उपदेशक बन जाता कि परमेश्वर लज्जावान ना होना पवे कि उन्हें तुहानू चुन के गलती तां नहीं कर दे कहिंदा अपने आप नू परमेश्वर दे सामने कंप्लीट करके लै गया हाँ प्रभु मैं तैयार हाँ जिदा सैमुअल ने आख्या से कहता प्रभु मैं हाजिर हाजिर हाँ कहता घर का इस्तेमाल किता कहता और बाइबल कहता सब तो वड्डा नबी होया बाइबल विच हालेलुया हालेलुया अज सानू भी जरूरत है मैच्योरिटी दे जाके अपने आप नु प्रवान करना परमेश्वर दे सामने कि हाँ प्रभु मैं हाजिर हाँ बनाना की बनाना पास्टर बनाना उपदेशक बनाना प्रॉफिट बनाना की बनाना प्रभु बनाना जिदा तेरी इच्छा मेरी जिंदगी च पूरी हो कहने आप दुआ मांगते कि नहीं मांगते प्रभु जिदा तेरी मर्जी स्वर्ग च पूरी होंगी ओदा मैं कलीसिया दे मुंह सुनना चाहता जिदा तेरी मर्जी स्वर्ग च पूरी होंगी ओदा जमीन ते भी हो जमीन ते कि होनी उत्ते स्वर्ग दूत ओदी महिमा करते आराधना करते तो डरते कंबदे आ अपने आप नूं परमेश्वर दे अगे परवान और अजिहा कारीगर कारीगर मतलब समझते हो फॉर एग्जाम्पल लकड़ का कारीगर है कारपेंटर मैं लकड़ का हर एक काम दे सकता क्योंकि मैं पता ए कारीगर है समझते मेरी गल समझ रहे मेरी गल कहता अपने आप को परमेश्वर के सामने कारीगर बनाने की कोशिश करके परमेश्वर तेनों काम दे मेहनत करके दिखा ता जो परमेश्वर तेरे अगे काम का ढेर लगा देगा जो लोग कहते काम है नहीं साब है नहीं ये वो
खुदा नूं मेहनत ना करके दिखाओ तुहाडे कोल ढेर ला देगा। कारीगरता बन के दिखाओ किन्ने समझ पा रहे मेरी गल। कहता अपने आप नूं परमेश्वर दे सामने परवान और कारीगर कर, कारीगर ठहराउण दा कहता यतन कर जिन्हों लज्जा माना होना पवे अते जेड़ा सच्चाई दे वचन दा यथारथ व्याख्यान करने वाला होवे। हाजी गुड़गुड़ाहट मिठी मोरी खांदियां चांदियां बंदे नूं कहिंदा जदों हासा टट्टा हुंदा तो उठण नूं दिल नहीं करदा। जो खटिया मिठिया गल्ला हुंदिया आ उदो बंदा कहिंदा चल होर सही। ए नहीं कहिंदा फिर सही, कहिंदा होर सही। होर सुनाओ चंगा लगदा है ठठा मिठा हासा करना। बाइबल कहिंदा मिठिया गल्ला आ तुहानू खुद धर्म की दुनिया है तुहानू अगाह की अगाह फसाई जाणगियां पर जे तुसी मिचौर आ ते तुसी इन्हां गल्लां तों बच सकदे आ आत्मा दे विच। अगर तुसी मिचौर नहीं आ ते तुसी अज भी फसे ते कल भी फसे। हालेलुया। और की होगा अगर तुसी मिचौर नहीं होंगे तां दो बंदे आ फस गए सी कहता आ पढ़ो नाम उन्हां दे च उन्हां विच हुमिनियास अते फिलेतुस हन। उन्हां दे विचो कहता हुमिनियास और फिलेतुस हन। हां जी ओ ए कह के भई कयामत हो चुकी है सच्चाई दे राहो खुंज गए हन और कईआं दी निष्ठा नूं विगाड़दे हन जिन्हां ने केयर नहीं कीती जिन्हां ने अपने आप नूं मिचौर नहीं कीता जिन्हां ने ज्ञान तां लिया पर बिना प्रार्थना दे बिना अधीनगी दे उन्हां दी बुद्ध फिर भ्रष्ट हो जांदी है। ओह कहिंदे अपनी भी निष्ठा तों गए और दूसरिआं दी निष्ठा नूं भी विगाड़दे पए। अगर मिचौर नहीं होंगे तो शैतान बुद्धि भ्रष्ट कर देगा तुहाडी। मैच्योरिटी की गल है मैच्योर होना बहुत जरूरी है इंसान के लिए। अगर मैच्योर नहीं हो गए तो कोई जिम्मेवारी नहीं तुहाडे उपर पाएगा। कोई बहुत अच्छी वस्तु या कोई महंगी चीज तुहाडे हाथ च नहीं देगा जब तक तुसीं मैच्योर नहीं होंगे तब तक तुसीं सियाने नहीं बनोगे। अगर तुसीं न्याणे आ तां कोई न्याणा आ जिहदे हाथ च कोई कच्ची दी चीज नहीं फड़ाएगा या टुटण वाली वस्तु नहीं उहदे हाथ च फड़ाएगा क्योंकि सानूं पता कि उह न्याणा आ और नुकसान कर देगा। सियाने बनने दी जरूरत है। अगर सियाने दे हाथ च तुसीं कोई भी वस्तु फड़ा सकदे तुहानूं पता इहदी केयर करेगा और उस तों वध के आ तुहाडा स्वर्गीय पिता ਉਹ ਤੁਹਾਨੂੰ ਪਵਿੱਤਰ ਆਤਮਾ ਕਰਦੇਗਾ ਉਸ ਪਰਸਨ ਦੇ ਉੱਪਰ ਵੇਖੇਗਾ ਜਿਹੜਾ ਸਿਆਣਾ ਹੈ ਜਿਹੜਾ ਮੈਚੁਰਿਟੀ ਦੇ ਵਿੱਚ ਹੈ। ਉਹਨੂੰ ਪਤਾ ਇਹਨੂੰ ਮੈਂ ਦੇ ਦਿੱਤਾ ਜਾਂ ਤੋਹਫਾ ਦਿੱਤਾ ਹੀਲਿੰਗ ਦਾ ਜਾਂ ਮਾਸਟਰ ਬਣਾ ਦਿੱਤਾ ਜਾਂ ਉਹਨੇ ਪ੍ਰੋਫਿਟ ਬਣਾ ਦਿੱਤਾ ਤੁਹਾਨੂੰ ਗਿਫਟ ਦੇ ਦਿੱਤਾ ਆ। ਖੁਦਾ ਨੂੰ ਪਤਾ ਇੰਨੇ ਦੀ ਕਦਰ ਕਰਨੀ ਕਿਉਂਕਿ ਇਹ ਮੈਚੁਰ ਹੈ ਇਹ ਗਵਾਏਗਾ ਨਹੀਂ ਇਹ ਨੁਕਸਾਨ ਨਹੀਂ ਕਰੇਗਾ। ਹਾਲੇਲੂਇਆ ਹਾਲੇਲੂਇਆ। ਜੇ ਅੱਜ ਵੀ ਤੁਸੀਂ ਬਾਈਬਲ ਪੜ੍ਹਦੇ ਪਏ ਹੋ ਤੁਹਾਨੂੰ ਪਤਾ ਲੱਗ ਚੁੱਕਾ ਆ ਕਿ ਪਰਮੇਸ਼ਵਰ ਨੇ ਤੁਹਾਨੂੰ ਸੰਗਤ ਨੂੰ ਹੁਕਮ ਕਰ ਦਿੱਤਾ ਕਿ ਤੂੰ ਆਪਣੀ ਨੇਕ ਕਮਾਈ ਦੇ ਵਿੱਚੋਂ ਦਸਵਾਂ ਹਿੱਸਾ ਲਿਆ ਕੇ ਮੇਰੇ ਭਵਨ ਦੇ ਵਿੱਚ ਦੇ। ਪਰ ਅਗਰ ਤੁਸੀਂ ਅੱਜ ਵੀ ਨਹੀਂ ਦੇ ਪਾ ਰਹੇ ਆ ਤੇ ਇਹਦਾ ਮਤਲਬ ਤੁਸੀਂ ਹਾਲੇ ਤੱਕ ਨਿਆਣੇ ਆ। ਤੁਹਾਨੂੰ ਸਿਆਣੇ ਬਣਨ ਦੀ ਜ਼ਰੂਰਤ ਆ ਵਚਨ ਨੂੰ ਪੂਰਾ ਕਰਨ ਦੀ ਜ਼ਰੂਰਤ ਆ ਕਿਉਂਕਿ ਜਿਹੜਾ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ मेरा पैसा किसी की मदद इस्तेमाल होगा। ओनू पता है मेरे पैसे दे नाल खुदा दे घर दीआं जिहड़ीआं जरूरतां पूरीआं होणगीआं। हालेलुया हालेलुया। किन्ने समझ पा रहे हो। ਉਹਨੂੰ ਬਤਾਇਆ ਮੈਂ ਦਊਂਗਾ ਤਾਂ ਮੈਨੂੰ ਮਿਲਦਾ। ਬਾਈਬਲ ਕਹਿੰਦਾ ਦਿਓ ਤਾਂ
ਦਿੱਤਾ ਜਾਏਗਾ। ਵਿਚੂਰ ਬੰਦਾ ਇਹਨਾਂ ਗੱਲਾਂ ਨੂੰ ਸਮਝ ਸਕਦਾ ਹੈ, ਨਿਆਣਾ ਬੱਚਾ ਸਿਆਣਾ ਬੰਦਾ ਸਮਝ ਸਕਦਾ, ਨਿਆਣਾ ਸਮਝ ਨਹੀਂ ਸਕਦਾ। ਹਾਲੇਲੂਯਾ ਇਸ ਕਰਕੇ ਸਿਆਣੇ ਬਣਨ ਦੀ ਜ਼ਰੂਰਤ ਆ, ਮੈਚੁਰਿਟੀ ਦੇ ਵਿੱਚ ਆਉਣ ਦੀ ਜ਼ਰੂਰਤ ਆ। ਆਈਏ ਆਪਣੇ ਘੁੱਟਿਆਂ ਤੇ ਆ ਜਾਈਏ, ਔਰ ਅੱਖਾਂ ਨੂੰ ਬੰਦ ਕਰੀ, ਤੁਹਾਡੇ ਲਈ ਬਰਕਤ ਦੀ ਦੁਆ ਮੰਗਦੇ। ਅੱਜ ਦੇ ਵਚਨ ਦੇ ਲਈ ਖੁਦਾ ਪਾ ਦਾ ਧੰਨਵਾਦ ਕਰੀ। ਪੂਰੋ ਪ੍ਰਭੂ ਮੈਨੂੰ ਮੈਚੁਰਿਟੀ ਦੇ ਵਿੱਚ ਲੈ ਕੇ ਆਓ। ਮੈਂ ਸਿਆਣਪੁਣੇ ਦੇ ਵਿੱਚ ਆਉਣਾ ਚਾਹੁੰਦਾ ਹਾਂ ਔਰ ਆਉਣੀ ਚਾਹੁੰਦੀ ਹਾਂ ਮੇਰੇ ਪ੍ਰਭੂ ਜੀ। ਧੰਨਵਾਦ ਮੇਰੇ ਸਵਰਗੀ ਪਿਤਾ ਪਰਮੇਸ਼ਰ ਦੀ ਕਾਰ ਸੁਖ ਮੇਰੇ ਪਰਮੇਸ਼ਰ। ਸਭ ਪ੍ਰਾਰਥਨਾ ਕਰਦੀ ਤੁਹਾਡੇ ਲਈ ਬਰਕਤ ਦੀ ਦੁਆ ਕਰਨਾ ਚਾਹੁੰਦਾ। ਸਭ ਜਨ ਪ੍ਰਾਰਥਨਾ ਕਰੀ ਅੱਜ ਦੇ ਵਚਨ ਦੇ ਲਈ, ਜੋ ਗੱਲਾਂ ਤੁਸੀਂ ਸੁਣੀਆਂ ਸਮਝੀਆਂ ਸਿੱਖੀਆਂ ਨਾ, ਉਹਦੇ ਅਨੁਸਾਰ ਪਰਮੇਸ਼ਵਰ ਦੇ ਕੋਲੋਂ ਤਾਕਤ ਨੂੰ ਮੰਗੀ ਹੈ। ਤਾਕਤ ਮੰਗੀ ਹੈ ਖੁਦਾ ਬੰਦੇ ਮੈਚੋਰਿਟੀ ਦੇ ਵੱਲ ਲੈ ਆਓ। ਸਾਨੂੰ ਮੈਚੋਰ ਕਰ ਦਿਓ, ਸਿਆਣੇ ਬਣਾ ਦਿਓ ਪ੍ਰਭੂ। ਅਸੀਂ ਹੁਣ ਦੁੱਧ ਨੂੰ ਛੱਡ ਕੇ ਰੋਟੀ ਦੇ ਵੱਲ ਨੂੰ ਹੋਈਏ ਮੇਰੇ ਪ੍ਰਭੂ। ਸਾਨੂੰ ਦੇ ਬੁਰੇ ਪੱਲੇ ਦੀ ਸਮਝ ਆ ਜਾਵੇ ਮੇਰੇ ਖੁਦਾ ਬੰਦੇ। ਤੁਹਾਡਾ ਧੰਨਵਾਦ ਮੇਰੇ ਪ੍ਰਭੂ, ਤੁਹਾਡਾ ਸ਼ੁਕਰ ਮੇਰੇ ਪਰਮੇਸ਼ਵਰ ਪਿਤਾ ਰੱਬ ਸਿਰੇ। ਧੰਨਵਾਦ ਮੇਰੇ ਖੁਦਾ ਬੰਦੇ, ਧੰਨਵਾਦ ਮੇਰੇ ਪਰਮੇਸ਼ਵਰ ਪਿਤਾ। ਹਰੀ ਮਾਖਾ ਬਸਾ ਕਾ ਮਾਖਾ ਰੱਬ, ਧੰਨਵਾਦ ਮੇਰੇ ਪਰਮੇਸ਼ਵਰ ਪਿਤਾ। ਤੁਹਾਡਾ ਧੰਨਵਾਦ ਕਰਦੇ ਸੋ ਬਹੁਤ ਹੀ ਆਦਰਯੋਗ ਸਮੇਂ ਦੇ ਲਈ ਜੋ ਸਾਡੇ ਜ਼ਿੰਦਗੀ ਚ ਬਖਸ਼ੇ। ਤੁਹਾਡਾ ਧੰਨਵਾਦ ਅਦਾ ਕਰਦੇ ਹਾਂ ਮੇਰੇ ਗੁਰੂ, ਬੇਨਤੀਆਂ ਪਰਮਾਨ ਕਰੋ ਪ੍ਰਭੂ। ਤੁਹਾਡੇ ਲੋਕ ਜੋ ਆਪਣੇ ਬਹੁਤ ਕੀਮਤੀ ਸਮੇਂ ਜੋ ਸਮਾਂ ਕੱਢ ਕੇ ਤੁਹਾਡੀ ਹਜ਼ੂਰੀ ਚ ਆਏ ਨੇ, ਤੁਹਾਡੀ ਆਸ਼ੀਸ਼ ਔਰ ਬੜੀ ਬਰਕਤ ਮਿਲੇ ਮੇਰੇ ਪ੍ਰਭੂ। ਔਰ ਖੁਦਾਵੰਦ ਜੋ ਤੁਹਾਡੇ ਲੋਕਾਂ ਨੇ ਮੇਰੇ ਪ੍ਰਭੂ ਅੱਜੀ ਵਰਸ਼ਿਪ ਕੀਤੀ ਆ, ਤੁਹਾਨੂੰ ਆਰਾਧਨਾ ਦਿੱਤੀ ਆ ਮੇਰੇ ਪ੍ਰਭੂ, ਬਦਲੇ ਚ ਬੱਚਿਆਂ ਨੂੰ ਬੜੀ ਆਸ਼ੀਸ਼ ਔਰ ਬੜੀ ਬਰਕਤ ਦੇਣਾ ਮੇਰੇ ਪ੍ਰਭੂ। ਤੁਹਾਡਾ ਧੰਨਵਾਦ ਅਦਾ ਕਰਦੇ ਹਾਂ ਮੇਰੇ ਖੁਦਾਵੰਦ ਖੁਦਾ। ਮੇਰੀ ਪ੍ਰਾਰਥਨਾ ਆ ਤੁਹਾਡੇ ਲੋਕਾਂ ਦੇ ਲਈ ਪ੍ਰਭੂ, ਜੇ ਤੁਹਾਡੇ ਲੋਕ ਪ੍ਰਭੂ ਅੱਜ ਬਰਕਤ ਲੈਣ ਦੇ ਲਈ ਆਏ, ਆਸ਼ੀਸ਼ ਲੈਣ ਦੇ ਲਈ ਆਏ ਮੇਰੇ ਪ੍ਰਭੂ, ਅੱਜ ਆਪਣੇ ਲੋਕਾਂ ਦੇ ਜ਼ਿੰਦਗੀਆਂ ਦੇ ਉੱਪਰ ਸੱਜਾ ਹੱਥ ਵਧਾਓ, ਉਹਨਾਂ ਨੂੰ ਵੱਡੀ ਬਰਕਤ ਦਿਓ ਮੇਰੇ ਪ੍ਰਭੂ। ਸਾਡਾ ਵਿਸ਼ਵਾਸ ਆ ਪ੍ਰਭੂ, ਤੁਸੀਂ ਕਮਜ਼ੋਰ ਨੂੰ ਬਲ ਦੇਣ ਵਾਲੇ ਪਰਮੇਸ਼ਵਰ ਹੋ ਰਿਹਾ, ਨਿੱਕੇ ਨੂੰ ਖੜਾ ਕਰਨ ਵਾਲੇ ਪਰਮੇਸ਼ਵਰ ਹੋ ਰਿਹਾ, ਔਰ ਪਾਪੀ ਨੂੰ ਧਰਮੀ ਬਣਾਉਣ ਵਾਲੇ ਪਰਮੇਸ਼ਵਰ ਹੋ ਰਿਹਾ ਮੇਰੇ ਖੁਦਾ ਬੰਦਾ। ਜਗਵਾਉਣ ਦਿਓ ਮੇਰੇ ਪ੍ਰਭੂ, ਜਿੰਨੇ ਨਿਆਣਪੁਣੇ ਦੇ ਵਿੱਚ ਜ਼ਿੰਦਗੀ ਜੀ ਰਹੇ ਸੀਗੇ, ਅੱਜ ਦਾ ਵਚਨ ਕੰਮ ਕਰੇ ਤੁਹਾਡੇ ਲੋਕਾਂ ਦੀ ਜ਼ਿੰਦਗੀਆਂ ਦੇ ਵਿੱਚ, ਔਰ ਉਹ ਸਿਆਣਪੁਣੇ ਦੇ ਵਿੱਚ ਆ ਜਾਣ ਮੇਰੇ ਪ੍ਰਭੂ, ਸਪਿਰਚੁਅਲ ਮੈਚੋਰਿਟੀ ਦੇ ਵਿੱਚ ਆ ਜਾਣ ਖੁਦਾ ਬੰਦਾ। ਯੇਸੂ ਦੇ ਜ਼ਿੰਦਾ ਨਾਮ 'ਚ ਮੇਰੇ ਪ੍ਰਭੂ, ਮੈਂ ਤੁਹਾਡੇ ਲੋਕਾਂ ਦੀ ਜ਼ਿੰਦਗੀਆਂ ਦੇ ਉੱਪਰ ਇਸ ਬਰਕਤ ਨੂੰ ਬੋਲਦਾ ਹਾਂ ਮੇਰੇ ਪ੍ਰਭੂ। ਧੰਨਵਾਦ ਕਰਦੇ ਹਾਂ ਸਾਰੀ ਗੱਲਾਂ ਬਾਤਾਂ ਦੇ ਲਈ, ਜੋ ਤੁਹਾਡੇ ਲੋਕ ਖੁਦਾ ਬੰਦਾ ਆਪਣੀ ਨੇਕ ਕਮਾਈ ਦੇ ਵਿੱਚੋਂ ਦਾਨ ਦਸਵੰਧ ਲੈ ਕੇ ਆਏ, ਸੋ ਗੁਣਾ ਕਰਕੇ ਬਰਕਤ ਔਰ ਬੜੀ ਆਸ਼ੀਸ਼ ਪਾਣਾ। ਤਮਾਮ ਜ਼ਰੂਰਤਾਂ ਨੂੰ ਪੂਰਾ ਕਰਨਾ ਮੇਰੇ ਕੋਲ, ਔਰ ਪ੍ਰਾਰਥਨਾ ਕਰਨ ਦਾ, ਬਾਈਬਲ ਪੜ੍ਹਨ ਦਾ, ਔਰ ਆਤਮਕ ਸੰਗਤੀ ਕਰਨ ਦਾ ਵੱਡਾ ਮਨ ਬਖਸ਼ਣਾ ਮੇਰੇ ਪ੍ਰਭੂ ਜੀ। ਤੁਹਾਡਾ ਹੀ ਨਾਮ ਮੁਬਾਰਕ ਹੋ ਜਾਵੇ ਮੇਰੇ ਪ੍ਰਭੂ, ਤੁਹਾਡਾ ਹੀ ਨਾਮ ਮੁਬਾਰਕ ਹੋ ਜਾਵੇ ਮੇਰੇ ਖੁਦਾ ਬੰਦਾ। ਧੰਨਵਾਦ ਕਰਦੇ ਹਾਂ ਸਾਰੀਆਂ ਗੱਲਾਂ ਬਾਤਾਂ ਦੇ, ਇਹ ਆਸ਼ੀਸ਼ ਔਰ ਵੱਡੀ ਬਰਕਤ ਦੇ ਲਈ ਧੰਨਵਾਦ। ਪ੍ਰਾਰਥਨਾ ਨੂੰ ਤੁਸੀਂ ਸੁਣ ਲਿਆ, ਤੁਹਾਡਾ ਧੰਨਵਾਦ। ਪ੍ਰਭੂ ਯਿਸੂ ਮਸੀਹ ਨਾਸਰੀ ਦੇ ਜਿੰਦਾ ਨਾਮ 'ਚ ਹੋਵੇ, ਸਾਰੇ ਹੀ ਮਿਲ ਕੇ ਮੰਗਦੇ ਹਾਂ। ਸਾਡੇ ਪਿਤਾ ਦਾ ਪਿਆਰ, ਪ੍ਰਭੂ ਯਿਸੂ ਮਸੀਹ ਦੀ ਕਿਰਪਾ, ਪਵਿੱਤਰ ਆਤਮਾ ਦੀ ਸੰਗਤ ਸਾਡੇ ਸਾਰਿਆਂ ਦੇ ਨਾਲ, ਪ੍ਰਭੂ ਦੇ ਤਮਾਮ ਮੁਸੀਬਤ ਸਲੋਕਾਂ ਦੇ ਨਾਲ ਹੁਣ ਤੋਂ ਲੈ ਕੇ ਖੁਦਾਵੰਦ ਦੀ ਦੂਸਰੀ ਆਮਦ ਤੱਕ ਹੁੰਦੀ ਰਹੇ। ਹਾਲੇਲੂਯਾ। ਪ੍ਰਭੂ ਯਿਸੂ ਮਸੀਹ ਦੇ ਸੰਤਾਂ ਨਾਮ 'ਚ ਤੁਹਾਨੂੰ ਸਭਨਾਂ ਨੂੰ ਸ਼ਾਂਤੀ ਮਿਲੇ। ਆਮੀਨ।